ਬੀਬੀ ਰਜਨੀ ਦਾ ਕਿਰਦਾਰ ਕਰਨ ਵਾਲੇ ਰੂਪੀ ਗਿੱਲ ਜੀ ਅਤੇ ਅਹਿਮ ਕਿਰਦਾਰ ਕਰਨ ਵਾਲੇ ਜਰਨੈਲ ਸਿੰਘ ਜੀ, ਤੁਹਾਡਾ ਦੋਵਾਂ ਦਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਠੀਕ ਹੈ, ਸਤਿ ਸਤਿ ਸ਼੍ਰੀ ਅਕਾਲ ਜੀ। ਸੋ ਜੀ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਨੇੜਿਓਂ ਅਸੀਂ ਦੇਖ ਸਕੀਏ ਇਸ ਕਹਾਣੀ ਨੂੰ, ਇਸ ਕਿਰਦਾਰ ਨੂੰ, ਹਰ ਇੱਕ ਕਿਰਦਾਰ ਨੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਅਸੀਂ ਰਿਸਰਚ ਕਰੀਏ। ਇਹ ਇੱਕ ਬਹੁਤ ਵੱਡਾ ਸਬਕ ਹੋਊਗਾ, ਲੈਸਨ ਹੋਊਗਾ ਸਾਡੀ ਅੱਜ ਦੀ ਜਨਰੇਸ਼ਨ ਵਾਸਤੇ ਕਿ ਬਲੀਵ ਦਾ ਮੈਥਡ ਕੀ ਹੈ। ਮੈਂ ਦੋ ਵਾਰੀ ਫਿਲਮ ਦੇਖਣ ਗਈ ਹਾਂ ਕੈਨੇਡਾ, ਅਤੇ ਦੋਨੇ ਵਾਰੀ ਅਤੇ ਥੀਏਟਰ ਵੀ ਸਾਨੂੰ ਸਰ ਉਹ ਮਿਲੇ ਜਿਹੜੇ ਬਹੁਤ ਦੂਰ ਹੁੰਦੇ, ਜਿੱਥੇ ਇੰਨੇ ਮਤਲਬ ਪੰਜਾਬੀ ਨਹੀਂ ਹੁੰਦੇ, ਕਿਉਂਕਿ ਉੱਥੇ ਫੁੱਲ ਸੀਗੇ, ਸੋ ਅਸੀਂ ਬਹੁਤ ਦੂਰ ਗਏ ਦੇਖਣ ਫਿਲਮ, ਅਤੇ ਦੋਨੇ ਟਾਈਮ ਉਹ ਥੀਏਟਰ ਫੁੱਲ ਸੀਗੇ। ਜੇ ਇੱਦਾਂ ਦੀਆਂ ਫਿਲਮਾਂ ਵੈਸੇ ਬਣਦੀਆਂ ਬੜੀਆਂ ਥੋੜ੍ਹੀਆਂ ਨੇ, ਜੇ ਬਣ ਰਹੀਆਂ ਨੇ ਉਹਦੇ ਵਿੱਚ ਵੀ ਕੋਈ ਕਮੀ ਰਹਿ ਜਾਵੇ ਤਾਂ ਫਿਰ ਸਾਡੀ ਸਾਡੀ ਗਲਤੀ ਆ, ਸਾਡਾ ਉਹ ਸੈੱਟ 'ਤੇ ਹੋਣ ਦਾ ਕੋਈ ਫਾਇਦਾ ਹੀ ਨਹੀਂ ਫਿਰ। ਇਨ ਜਨਰਲ ਜਦੋਂ ਤੁਹਾਡੇ ਨਾਲ ਸਿਚੁਏਸ਼ਨਸ ਹੁੰਦੀਆਂ ਨੇ ਚੰਗੀਆਂ ਮਾੜੀਆਂ, ਤੁਹਾਡਾ ਡੇ ਬਾਈ ਡੇ ਜਾਂ ਮੇ ਵੀ ਮੈਨੂੰ ਤਾਂ ਲੱਗਦਾ ਡੇ ਬਾਈ ਡੇ ਮੇਰੇ ਨਾਲ ਜੋ ਪਰਸਨਲ ਐਕਸਪੀਰੀਅੰਸ ਹੈ, ਸਮਟਾਈਮਸ ਇਹ ਹੁੰਦਾ ਕਿ ਸੱਚੀ ਵਿਸ਼ਵਾਸ ਵੱਧਦਾ ਆ ਤੁਹਾਡਾ, ਤੁਸੀਂ ਇੱਕ ਰਿਲੇਸ਼ਨਸ਼ਿਪ ਗਰੋ ਹੁੰਦਾ ਜਦੋਂ ਤੁਸੀਂ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹੋ ਜਾਂ ਮੇ ਵੀ ਤੁਸੀਂ ਸ਼ੁਰੂ ਵੀ ਕਰਦੇ ਹੋ ਬਚਪਨ ਤੋਂ। ਦੇਖੋ, ਇਹ ਗੁਰਬਾਣੀ ਦਾ ਲਫ਼ਜ਼ ਆ, ਸ਼ਬਦ ਆ ਇਹ, ਕਾਕੂ ਹੰਸ ਕਰੇ ਕਈ ਜਗ੍ਹਾ ਸੁਣਿਆ ਅਸੀਂ ਵੀ, ਇਹਦੇ 'ਚ ਇਹ ਵੀ ਉਹ ਪਰਮਾਤਮਾ ਦੇ ਵਿੱਚ ਇੰਨੀ ਸ਼ਕਤੀ ਆ ਕਿ ਉਹ ਮਤਲਬ ਕਾਵਾਂ ਨੂੰ ਹੰਸ ਬਣਾ ਦੇਵੇ, ਜਿੰਨੀ ਕੁ ਮੇਰੀ ਬੁੱਧੀ ਕਹਿੰਦੀ ਆ, ਇਹਦਾ ਮਤਲਬ ਇਹ ਆ। ਬਟ ਇਹ ਰਿਲੇਟ ਕਰਦਾ ਸ਼ਬਦ ਦੁੱਖ ਭੰਜਣੀ ਬੇਰੀ ਦੇ ਨਾਲ, ਤੁਸੀਂ ਮਤਲਬ ਜਿੱਦਾਂ ਆਪਾਂ ਕਹਿੰਦੇ ਨਾ, ਆਪਾਂ ਕੰਪੇਅਰ ਕਰਦੇ ਹਾਂ ਬਾਲੀਵੁੱਡ ਨਾਲ ਜਾਂ ਸਾਊਥ ਨਾਲ, ਮੈਨੂੰ ਲੱਗਦਾ ਇਹ ਉਹਨਾਂ ਤੋਂ ਵੀ ਅਲੱਗ ਜਿਹੀ ਜ਼ੋਨ ਦੀ ਫਿਲਮ ਹੋਊ। ਕਾਨਫਰੰਸ ਉਹਨਾਂ 'ਚ ਗੱਲ ਕੀ ਕਹਿੰਦੇ, ਇੱਕ ਸ਼ਹਿਰ ਦੇ ਵਿੱਚ ਇੱਕ ਖਲੀਫਾ ਹੁੰਦਾ, ਇੱਕ ਸ਼ਹਿਰ 'ਚ ਇੱਕ ਖਲੀਫਾ ਹੁੰਦਾ, ਇੱਕ ਜੰਗਲ 'ਚ ਇੱਕ ਹੀ ਸ਼ੇਰ ਹੁੰਦਾ। ਇਹ ਨਹੀਂ ਆ ਕਿ ਉਸ ਸ਼ਹਿਰ 'ਚ ਹੋਰ ਬੰਦੇ ਨਹੀਂ ਹੈਗੇ ਜਾਂ ਉਸ ਜੰਗਲ 'ਚ ਹੋਰ ਜਾਨਵਰ ਨਹੀਂ ਹੈਗੇ, ਨਾ ਹੋਣ ਨਾਲੋਂ ਹੋਣਾ ਜ਼ਰੂਰੀ ਹੈ। ਬਚਪਨ 'ਚ ਗੱਲ ਸੁਣਦੇ ਹੁੰਦੇ ਸੀਗੇ, ਤਰੀਕੇ ਦੋ ਹੀ ਆ ਜ਼ਿੰਦਗੀ ਦੇ ਵਿੱਚ, ਇੱਕ ਆਹ ਵਾ ਇੱਕ ਆਹ ਵਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੀਨੀਆ ਅਤੇ ਮੈਂ ਨਿਪੁਣ ਸ਼ਰਮਾ। ਸੋ ਅਗਸਤ ਦਾ ਮਹੀਨਾ ਹੈ ਅਤੇ 30 ਤਰੀਕ ਨੂੰ ਇੱਕ ਐਸੀ ਫਿਲਮ ਲੈ ਕੇ ਆ ਰਹੀ ਹੈ ਜੋ ਕਿ ਪੰਜਾਬ ਦੇ ਇਤਿਹਾਸ ਦੇ ਨਾਲ ਸਾਨੂੰ ਰੂਬਰੂ ਕਰਾਏਗੀ। ਇੱਕ ਐਸਾ ਕਿਰਦਾਰ ਜੋ ਕਿ ਅਸੀਂ ਸਕੂਲਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਿਆ ਹੋਏਗਾ ਪਰ ਡੂੰਘਾਈ ਦੇ ਵਿੱਚ ਜਾ ਕੇ ਸ਼ਾਇਦ ਜਾਣਿਆ ਨਹੀਂ ਹੋਏਗਾ, ਅਤੇ ਉਸਦੀ ਪਹਿਚਾਣ ਕਰਾਏਗੀ ਅਮਨ ਹੁੰਦਲ ਦੀ ਡਾਇਰੈਕਸ਼ਨ। ਫਿਲਮ ਦਾ ਨਾਮ ਹੈ ਬੀਬੀ ਰਜਨੀ ਅਤੇ ਫਿਲਮ ਦੀ ਕਾਸਟ ਮੇਰੇ ਨਾਲ ਹੈ, ਬੀਬੀ ਰਜਨੀ ਦਾ ਕਿਰਦਾਰ ਕਰਨ ਵਾਲੇ ਰੂਪੀ ਗਿੱਲ ਜੀ ਅਤੇ ਅਹਿਮ ਕਿਰਦਾਰ ਕਰਨ ਵਾਲੇ ਜਰਨੈਲ ਸਿੰਘ ਜੀ, ਤੁਹਾਡਾ ਦੋਵਾਂ ਦਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ। ਸੋ ਰੂਪੀ, ਪਹਿਲਾ ਸਵਾਲ ਤਾਂ ਤੁਹਾਨੂੰ ਇਹ ਹੋਏਗਾ ਕਿ ਇੱਕ ਤਾਂ ਹੁੰਦਾ ਕਿਰਦਾਰ ਨੂੰ ਨਿਭਾਉਣਾ, ਇੱਕ ਤਾਂ ਹੁੰਦਾ ਅਤੇ ਦੂਜਾ ਹੁੰਦਾ ਕਿਰਦਾਰ ਨੂੰ ਜੀਣਾ। ਟੀਜ਼ਰ ਨੂੰ ਦੇਖ ਕੇ ਤਾਂ ਲੱਗ ਰਿਹਾ ਕਿ ਕਿਰਦਾਰ ਨੂੰ ਤੁਸੀਂ ਜੀਆ, ਅਸਲ ਦੇ ਵਿੱਚ ਕਿੰਨਾ ਨਿਭਾਇਆ ਕਿ ਤੁਸੀਂ ਜੀ ਕੇ ਆਏ ਹੋ ਕਿਰਦਾਰ ਨੂੰ? ਜੀ ਕੇ ਤਾਂ ਮਤਲਬ ਮੈਂ ਹਰ ਇੱਕ ਇੰਟਰਵਿਊ 'ਚ ਇਹੀ ਕਿਹਾ ਕਿ ਜੋ ਉਦੋਂ ਹੋਇਆ ਸੀ ਉਹ ਤਾਂ ਮਤਲਬ ਅਸੀਂ ਐਕਸਪੀਰੀਅੰਸ ਕੀਤਾ ਹੀ ਨਹੀਂ ਹੈਗਾ, ਕਿਉਂਕਿ ਸਾਡੀ ਅਸੀਂ ਸੈੱਟ 'ਤੇ ਸੀਗੇ ਅਤੇ ਉਹ ਡਿਫਰੈਂਟ ਸੀਗਾ। ਬਟ ਹਾਂਜੀ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਨੇੜਿਓਂ ਅਸੀਂ ਦੇਖ ਸਕੀਏ ਇਸ ਕਹਾਣੀ ਨੂੰ, ਇਸ ਕਿਰਦਾਰ ਨੂੰ, ਹਰ ਇੱਕ ਕਿਰਦਾਰ ਨੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਅਸੀਂ ਰਿਸਰਚ ਕਰੀਏ ਅਤੇ ਆਪਣਾ ਬੈਸਟ ਦੇਈਏ ਜੀ। ਤੁਸੀਂ ਕਿਰਦਾਰ ਲਈ ਕਿੰਨਾ ਮਤਲਬ ਡੂੰਘਾਈ ਤੱਕ ਗਏ ਵੀ ਕਿ ਕਿੰਨੀ ਰਿਸਰਚ ਕੀਤੀ ਵੀ ਉਹ ਕਿਵੇਂ ਬੋਲਦੇ ਹੋਣਗੇ ਜਾਂ ਕਿਵੇਂ ਉਹਨਾਂ ਦਾ ਜੈਸਚਰ ਪੋਸਚਰ ਹੋਏਗਾ, ਕਿਵੇਂ ਉਹਨਾਂ ਦਾ ਬਿਹੇਵ ਰਿਐਕਟ ਕਿਵੇਂ ਕਰਦੇ ਹੋਏਗੇ, ਇਸ ਬਾਰੇ ਪੂਰੀ ਜਾਣਕਾਰੀ ਲਈ ਸੀ? ਐਕਚੁਅਲੀ ਸਰ ਵੀ ਇਸ ਗੱਲ ਦੀ ਐਗਰੀ ਕਰਨਗੇ ਕਿ ਜੋ ਇਹ ਕਹਾਣੀ ਆ ਉਹਦੇ 'ਤੇ ਜੋ ਬੀਬੀ ਰਜਨੀ ਜੀ ਦਾ ਐਕਚੁਅਲ ਜਿੱਦਾਂ ਦੇ ਉਹ ਸੀਗੇ ਉਹ ਸਾਰਿਆਂ ਦੀ ਅਲੱਗ ਅਲੱਗ ਮੇਰਾ ਪਰਸੈਪਸ਼ਨ ਸੀਗੇ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਮਰ ਹੁੰਦਲ ਉਹਨਾਂ ਨੇ, ਉਹਨਾਂ ਦੀ ਟੀਮ ਨੇ, ਕਿ ਜਿੰਨਾ ਅਸੀਂ ਮਤਲਬ ਰੀਸਰਚ ਉਹਨਾਂ ਦੇ ਉਹਨਾਂ ਦੀ ਸਟੋਰੀ ਬਾਰੇ, ਉਹਨਾਂ ਦੀ ਕਹਾਣੀ ਬਾਰੇ, ਉਹਨਾਂ ਦੀ ਫੈਮਿਲੀ ਬਾਰੇ ਅਸੀਂ ਕਰ ਸਕੀਏ ਅਤੇ ਉਹਦੇ ਨਾਲ ਜੋ ਅਸੀਂ
ਕੁਝ ਫਿਕਸ਼ਨਲ ਨਹੀਂ, ਬਟ ਅਸੀਂ ਜੋ ਆਪਣੀ ਪਰਸੈਪਸ਼ਨ ਹੋਊਗਾ ਕਿ ਉਹ ਕਿੱਦਾਂ ਬਹਿੰਦੇ ਹੋਣਗੇ, ਕਿੱਦਾਂ ਉੱਠਦੇ ਹੋਣਗੇ, ਕਿ ਉਹਨਾਂ ਦੀ ਵਾਕ ਕਿੱਦਾਂ ਹੋਊ, ਕਿੱਦਾਂ ਬੋਲਦੇ ਹੋਣਗੇ, ਉਹ ਅਸੀਂ ਜ਼ਰੂਰ ਐਡ ਆਨ ਕੀਤੇ ਆ ਜੀ। ਸਰ ਤੁਹਾਨੂੰ ਮਤਲਬ ਸਵਾਲ ਜਾਏਗਾ ਕਿ ਇਹ ਫਿਲਮ ਰੱਬ ਨਾਲ ਵਿਸ਼ਵਾਸ ਕਰਨਾ ਹੋਰ ਸਾਨੂੰ ਸਿਖਾਏਗੀ ਕਿ ਰੱਬ 'ਤੇ ਵਿਸ਼ਵਾਸ ਰੱਖੋ, ਹਰ ਚੀਜ਼ ਜਿਹੜੀ ਹੈ ਉਹ ਮੁਮਕਿਨ ਹੈ, ਕਿਵੇਂ ਕਿ ਉਹਨਾਂ ਦਾ ਜਿਹੜਾ ਫਾਦਰ ਸੀ ਕਿਸੇ ਪਰਸਨ ਦੇ ਨਾਲ ਜੋ ਫਿਜ਼ੀਕਲ ਡਿਸੇਬਲ ਹੈ ਵਿਆਹ ਕਰਾਉਂਦੇ, ਪਰ ਰੱਬ 'ਤੇ ਵਿਸ਼ਵਾਸ ਸੀ ਉਹਨਾਂ ਨੂੰ, ਸੋ ਇਹ ਫਿਲਮ ਰੱਬ ਨਾਲ ਹੋਰ ਵਿਸ਼ਵਾਸ ਕਰਨਾ ਸਾਨੂੰ ਸਿਖਾਏਗੀ। ਹਾਂਜੀ ਬਿਲਕੁਲ ਜੀ, ਥੋੜ੍ਹਾ ਤੁਸੀਂ ਸਵਾਲ ਕਰਕੇ ਜਵਾਬ ਆਪੇ ਹੀ ਦੱਸਤਾ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈ, ਪਰ ਬਿਲਕੁਲ ਠੀਕ ਹੈ ਜੀ। ਇਹ ਇੱਕ ਬਹੁਤ ਵੱਡਾ ਸਬਕ ਹੋਊਗਾ, ਲੈਸਨ ਹੋਊਗਾ ਸਾਡੀ ਅੱਜ ਦੀ ਜਨਰੇਸ਼ਨ ਵਾਸਤੇ ਕਿ ਬਿਲੀਵ ਦਾ ਮੈਥਡ ਕੀ ਹੈ, ਵਿਸ਼ਵਾਸ ਕਿਹਨੂੰ ਕਹਿੰਦੇ ਆ। ਆਪਾਂ ਕਹਿ ਦਿੰਦੇ ਲਫ਼ਜ਼ ਕਹਿਣ ਨੂੰ ਛੋਟੀ ਛੋਟੀ ਆ, ਬਟ ਇਹਨਾਂ ਦੇ ਪਿੱਛੇ ਡੂੰਘਾਈ ਜਿਹੜੀ ਆ ਉਹ ਇਹ ਫਿਲਮ ਦੱਸੂ। ਸੋ ਮਤਲਬ ਇੱਦਾਂ ਦੀਆਂ ਫਿਲਮਾਂ ਹੋਰ ਵੀ ਬਣਨ ਮੈਂ ਤਾਂ ਇਹ ਕਹੂੰਗਾ, ਬਟ ਇਹ ਫਿਲਮ ਆਪਣੇ ਆਪ ਦੇ ਵਿੱਚ ਹੀ ਮਤਲਬ ਇੱਕ ਬ੍ਰਹਿਮੰਡ ਸਮੇਟੀ ਬੈਠੀ ਆ। ਵੈਸੇ ਇਹੋ ਜਿਹੜੇ ਕਨਸੈਪਟ ਸਬਜੈਕਟ ਆ ਨਾ, ਤੁਹਾਨੂੰ ਬਹੁਤ ਸੂਟ ਕਰਦੇ ਹੋ, ਤੁਸੀਂ ਬੜੇ ਪਿਆਰ ਨਾਲ ਦਿਲੋਂ ਕਰਦੇ, ਬਾਕੀ ਵੀ ਕੰਮ ਬਹੁਤ ਦਿਲੋਂ ਤੁਸੀਂ ਕਰਦੇ, ਪਰ ਤੁਸੀਂ ਮੈਂ ਇੰਟਰਵਿਊ ਤੁਹਾਡਾ ਪਹਿਲਾਂ ਕੀਤਾ ਸੀ, ਤੁਸੀਂ ਕਿਹਾ ਸਾਡੀ ਸਿੱਖ ਹਿਸਟਰੀ ਆ, ਪੰਜਾਬ ਹਿਸਟਰੀ ਇੰਨੀ ਕਦਾਵਰ ਆ, ਇੰਨੀ ਵਾਈਡ ਆ ਕਿ ਉਹਨਾਂ 'ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ, ਹੈ ਨਾ। ਮਹਾਰਾਜਾ ਰਣਜੀਤ ਸਿੰਘ ਜੀ ਦੀ ਤੁਸੀਂ ਗੱਲ ਕੀਤੀ ਸੀ ਵੀ ਇੰਨੇ ਤਕੜੇ ਤਕੜੇ ਕਿਰਦਾਰ ਰਹੇ ਨੇ, ਅਤੇ ਉਹ ਉਹਨਾਂ ਉੱਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ, ਅਤੇ ਇਹ ਤੁਹਾਡੇ ਲਈ ਵੀ ਖੁਸ਼ੀ ਦੀ ਗੱਲ ਹੋਏਗੀ ਕਿ ਉਸ ਇਤਿਹਾਸ ਨੂੰ ਲੈ ਕੇ ਕਿਰਦਾਰ ਨੂੰ ਪੇਸ਼ ਕੀਤਾ ਜਾ ਰਿਹਾ। ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਬਹੁਤ ਖੁਸ਼ਕਿਸਮਤ ਹਾਂ ਜੀ ਸਾਰੇ ਕਿ ਇਸ ਕਾਰਵਾਂ ਦਾ ਹਿੱਸਾ ਹੈ ਅਸੀਂ, ਜਿਹਦਾ ਨਾਮ ਬੀਬੀ ਰਜਨੀ ਹੈ। ਸੋ ਤੁਸੀਂ ਵੇਖੋਗੇ ਤਾਂ ਤੁਹਾਨੂੰ ਇੱਕ ਵੱਖਰੇ ਤਰ੍ਹਾਂ ਦਾ ਸਿਨੇਮਾ, ਜਿੱਦਾਂ ਹਰ ਵਾਰ ਔਡੀਅੰਸ ਡਿਮਾਂਡ ਕਰਦੀ ਹੈ ਕਿ ਵੱਖਰਾ ਸਿਨੇਮਾ ਚਾਹੀਦਾ, ਵੱਖਰਾ ਕੁਛ ਹੋਰ ਚਾਹੀਦਾ, ਇਹ ਵੱਖਰੀ ਤਰ੍ਹਾਂ ਦਾ ਸਿਨੇਮਾ ਹੈ ਨਾ। ਪਰ ਇੱਕ ਸ਼ਿਕਾਇਤ ਤੁਹਾਨੂੰ ਰਹੇਗੀ ਕਿ ਜਿਵੇਂ ਮਸਤਾਨੇ ਵੀ ਆਏ ਸੀ ਰੀਸੈਂਟਲੀ, ਯੋਗਰਾਜ ਸਿੰਘ ਜੀ ਦੀ ਇੱਕ ਫਿਲਮ ਆਈ ਸੀ, ਇਸ ਤਰ੍ਹਾਂ ਦੇ ਕਿਸੇ ਲੋਕ ਡਿਮਾਂਡ ਤਾਂ ਬਹੁਤ ਕਰਦੇ ਨੇ, ਹੈ ਨਾ, ਪਰ ਜਦੋਂ ਪਰਦੇ ਉੱਤੇ ਆਉਂਦੇ ਨੇ ਤਾਂ ਉਹ ਰਿਸਪੋਂਸ ਨਹੀਂ ਮਿਲਦਾ, ਮਤਲਬ ਉਹ ਬ੍ਰੇਕ ਥਰੂ ਨਹੀਂ ਮਿਲਦਾ, ਉਹਦਾ ਇੱਕ ਕਾਰਨ ਕੀ ਤੁਹਾਨੂੰ ਲੱਗਦਾ? ਉਹ ਤਾਂ ਕਾਰਨ ਤਾਂ ਸਮਝ ਨਹੀਂ ਲੱਗਦਾ ਜੀ, ਹੁਣ ਕੀ ਕਹੀਏ। ਚੱਲੀ ਮੈਂ ਕਹਿ ਰਿਹਾ ਕਿ ਇੱਕ ਜਿੱਦਾਂ ਐਕਸਟਰਾ ਆਰਡੀਨਰੀ ਇੱਕ ਵਾਈਬ ਕ੍ਰੀਏਟ ਹੋ ਜਾਂਦੀ ਨਾ, ਕਿ ਆਪਾਂ ਜਿੱਦਾਂ ਕਹਿੰਦਾ ਕਿ ਉਹ ਕਿਰਦਾਰ ਜਿੱਦਾਂ ਤੁਸੀਂ ਕਿਹਾ ਸੀ ਯਾਰ ਇੰਨੇ ਕਿਰਦਾਰ ਹੈਗੇ ਸਾਡੇ ਇਤਿਹਾਸ ਦੇ ਵਿੱਚ, ਉਹਨਾਂ 'ਤੇ ਫਿਲਮਾਂ ਕਿਉਂ ਨਹੀਂ ਬਣਦੀਆਂ? ਬਣਦੀਆਂ ਆ, ਲੋਕ ਦੇਖਦੇ ਵੀ ਆ, ਬਟ ਉਹ ਇੱਕ ਜਿਵੇਂ ਮੈਂ ਸੰਜੇ ਲੀਲਾ ਮਸਾਲੀ ਦੀ ਐਗਜ਼ਾਮਪਲ ਦਊਂਗਾ ਕਿ ਉਹ ਕ੍ਰੀਏਟ ਕਿਵੇਂ ਕਰ ਦਿੰਦੇ ਨੇ, ਚਾਹੇ ਉਹ ਬਾਜੀਰਾਓ ਮਸਤਾਨੀ ਲੈ ਲਓ ਜਾਂ ਉਹ ਇੱਕ ਵਾਈਬ ਹੁੰਦੀ ਹੈ ਕ੍ਰੀਏਟ, ਉਹ ਵਾਈਬ ਕ੍ਰੀਏਟ ਲੋਕਾਂ ਵਿੱਚ ਨਹੀਂ ਹੁੰਦੀ। ਮਸਤਾਨੀ ਦੀ ਵੀ ਵਾਈਬ ਸੀ ਜੀ, ਸੀ ਬਣ ਗਈ ਮਸਤਾਨੀ ਦੀ ਵੀ ਵਾਈਬ ਸੀ। ਸੱਚੀ ਦੱਸਾਂ, ਸੌਰੀ ਮੈਂ ਇੰਟਰਪਟ ਕਰ ਰਹੀ ਹਾਂ ਸਰ ਦਾ ਕੁਐਸਚਨ, ਬਟ ਹਾਂਜੀ ਮੈਨੂੰ ਕੀ ਹੋਇਆ ਕਿ ਆਡੀਅੰਸ ਜਦੋਂ ਵੀ ਆਪਣੀ ਮਤਲਬ ਵਧੀਆ ਫਿਲਮ ਆਉਂਦੀ ਆ, ਆਡੀਅੰਸ ਹਮੇਸ਼ਾ ਪਿਆਰ ਦਿੰਦੀ ਹੈ ਕੰਟੈਂਟ ਨੂੰ। ਮੈਂ ਦੋ ਵਾਰੀ ਫਿਲਮ ਦੇਖਣ ਗਈ ਆ ਕੈਨੇਡਾ, ਤੇ ਦੋਨੇ ਵਾਰੀ ਤੇ ਥੀਏਟਰ ਵੀ ਸਾਨੂੰ ਸਰ ਉਹ ਮਿਲੇ ਜਿਹੜੇ ਬਹੁਤ ਦੂਰ ਹੁੰਦੇ, ਜਿੱਥੇ ਇੰਨੇ ਮਤਲਬ ਪੰਜਾਬੀ ਨਹੀਂ ਹੁੰਦੇ, ਕਿਉਂਕਿ ਉੱਥੇ ਫੁੱਲ ਸੀਗੇ, ਸੋ ਅਸੀਂ ਬਹੁਤ ਦੂਰ ਗਏ ਦੇਖਣ ਤੋਂ, ਤੇ ਦੋਨੇ ਟਾਈਮ ਉਹ ਥੀਏਟਰ ਫੁੱਲ ਸੀਗੇ ਸਰ। ਫਿਲਮ 'ਤੇ ਪੂਰਾ ਕੰਮ ਹੋਇਆ ਸੀ, ਮਿਹਨਤ ਹੋਈ ਸੀ, ਐਂਡ ਇਸ 'ਤੇ ਵੀ ਹੋਏ, ਕਿਉਂਕਿ ਜਦੋਂ ਟੀਜ਼ਰ ਖੁੱਲ੍ਹਦਾ ਨਾ, ਐਂ ਲੱਗਦਾ ਕਿ ਮੈਂ ਪਤਾ ਨਹੀਂ ਕਿਹੜੀ ਕਿਸ ਇੰਡਸਟਰੀ ਦੀ ਫਿਲਮ ਦੇਖ ਰਿਹਾ। ਬਹੁਤ ਕੰਮ ਕਿ ਟੀਜ਼ਰ ਵਾਲੇ ਟ੍ਰੇਲਰ ਆਉਣਾ, ਪਰ ਟੀਜ਼ਰ ਦਾ ਜਿਹੜਾ ਪਹਿਲਾ ਸ਼ਾਟ ਆ ਉਹ ਜਾਂਦਾ ਮਤਲਬ ਪਿੱਛੋਂ ਬੈਕ ਤੋਂ ਜਾਂਦਾ, ਔਰ ਐਂ ਲੱਗ ਰਿਹਾ ਕਿ ਪਤਾ ਕਿੰਨੇ ਵੱਡੇ ਲੈਵਲ ਦੀ ਫਿਲਮ ਆ, ਕਿੰਨਾ ਕੰਮ ਹੋਇਆ ਬੈਕਐਂਡ ਉੱਤੇ, ਸੈੱਟ ਉੱਤੇ ਕਿੰਨਾ ਸਾਰਾ ਕੰਮ ਹੋਇਆ ਸੀ, ਮਿਊਜ਼ਿਕ 'ਤੇ ਜੀ ਬਹੁਤ ਮਤਲਬ ਮਿਹਨਤ ਲੱਗੀ ਆ ਸਾਰੀ ਟੀਮ ਦੇ। ਹੁਣ ਵੀ ਅਮਰ ਉਹਨਾਂ ਨੇ ਇੱਥੇ ਸੀਗਾ, ਅਮਰ ਨੇ ਇੰਟਰਵਿਊ 'ਚ ਆਉਣਾ ਸੀਗਾ, ਬਟ ਉਹ ਹੁਣ ਵੀ ਲੱਗੇ ਹੋਏ ਆ ਬੰਬੇ, ਸਾਰੀ ਟੀਮ ਉਹਨਾਂ ਦੀ ਲੱਗੀ ਹੋਈ ਆ। ਦੈਨ DOP ਨੇ ਜੋ ਇਸ ਫਿਲਮ ਦੇ ਬਲਜੀਤ ਸਿੰਘ ਦੇ, ਉਹਨਾਂ ਨੂੰ ਅਸੀਂ ਕ੍ਰੈਡਿਟ ਦੇਣਾ ਚਾਹਾਂਗੇ ਕਿ ਉਹ ਇੰਨੇ ਵਧੀਆ ਮਤਲਬ ਜਦੋਂ
ਕੈਮਰੇ ਨੂੰ ਹੱਥ ਲਾਉਂਦੇ ਆ ਤੇ ਇਟਸ ਮੈਜਿਕ, ਸੱਚੀ ਮੈਜਿਕ ਆ, ਅਸੀਂ ਆਪ ਸਾਰੇ ਨੇ ਵਿਟਨੈਸ ਕੀਤਾ ਆ। ਹਾਂ ਇਹ ਤਾਂ ਹਾਂਜੀ, ਸੋ ਉਹ ਰਿਜ਼ਲਟ ਆਈ ਥਿੰਕ ਦੇਖ ਵੀ ਰਿਹਾ ਜੀ, ਉਹ ਤਜਰਬਾ ਜਿਹੜਾ ਬੋਲਦਾ ਵੀ ਹੈ। ਸਰ ਤੁਸੀਂ ਮਤਲਬ ਪੜ੍ਹਿਆ ਵੀ ਬਹੁਤ ਹੈ ਇਤਿਹਾਸ, ਜਾਣੂ ਵੀ ਬਹੁਤ ਹੋ, ਸੋ ਇਹੋ ਜਿਹੇ ਜਦੋਂ ਕਿਰਦਾਰ ਤੁਸੀਂ ਨਿਭਾਉਂਦੇ ਫਿਲਮ ਕਰਦੇ ਹੋ, ਜਦੋਂ ਇਹੋ ਜਿਹੀ ਤੁਹਾਡਾ ਕਿੰਨਾ ਅਮਲ ਦਰਾਮਦ ਰਹਿੰਦਾ ਡਾਇਰੈਕਟਰ ਦੇ ਨਾਲ ਕਿ ਯਾਰ ਕੋਈ ਚੀਜ਼, ਕਿਉਂਕਿ ਇਹੋ ਜਿਹੀ ਬਹੁਤ ਸੈਂਸਿਟਿਵ ਚੀਜ਼ਾਂ ਹੁੰਦੀਆਂ, ਕੋਈ ਫੈਕਟ ਆਪਾਂ ਗਲਤ ਨਾ ਦਿਖਾ ਦਈਏ, ਤੁਸੀਂ ਕਿੰਨੀ ਇਨਵੋਲਵਮੈਂਟ ਨਾਲ ਸ਼ੋਅ ਕਰਦੇ ਜੀ? ਸਾਡਾ ਫਰਜ਼ ਬਣਦਾ ਜੀ, ਜੇ ਇੱਦਾਂ ਦੀਆਂ ਫਿਲਮਾਂ ਵੈਸੇ ਬਣਦੀਆਂ ਬੜੀਆਂ ਥੋੜ੍ਹੀਆਂ ਨੇ, ਜੇ ਬਣ ਰਹੀਆਂ ਨੇ ਉਹਦੇ ਵਿੱਚ ਵੀ ਕੋਈ ਕਮੀ ਰਹਿ ਜਾਵੇ ਤਾਂ ਫਿਰ ਸਾਡੀ ਗਲਤੀ ਆ, ਸਾਡਾ ਉਹ ਸੈੱਟ 'ਤੇ ਹੋਣ ਦਾ ਕੋਈ ਫਾਇਦਾ ਹੀ ਨਹੀਂ ਕਰ ਵੀ, ਜੇ ਸਾਡੀ ਦੇਖ ਰੇਖ ਵਿੱਚ ਚੀਜ਼ ਬਣੇ ਤਾਂ ਲੋਕਾਂ ਨੇ ਗਲਤ ਆ, ਉਹ ਫਿਰ ਮੈਨੂੰ ਲੱਗਦਾ ਵੀ ਸਾਡੇ ਵਾਸਤੇ ਸ਼ਰਮ ਦੀ ਗੱਲ। ਸੋ ਅਸੀਂ ਕੋਈ ਨਾ ਵੀ ਕਹੇ ਮੈਂ ਤਾਂ ਵੀ ਇਨਵੋਲਵ ਹੋਣਾ, ਮੈਂ ਪਰਸਨਲੀ ਫੋਨ ਕਰ ਰਿਹਾ, ਮੈਂ ਭਾਵੇਂ ਉਸ ਟੀਮ ਨਾਲ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਮੈਂ ਫਿਰ ਵੀ ਫੋਨ ਕਰਦਾ ਵੀ ਕਿਸੇ ਦੀ ਲੋੜ ਹੋਈ ਦੱਸਿਓ ਯਾਰ, ਬੜੀ ਵਧੀਆ ਚੀਜ਼ ਤੁਸੀਂ ਬਣਾ ਰਹੇ ਹੋ ਬਈ, ਤੁਹਾਨੂੰ ਕੁਛ ਕਿਤੇ ਵੀ ਕੋਈ ਚੀਜ਼ ਕੋਈ ਸਮਾਨ ਚਾਹੀਦਾ ਸਾਡੇ ਸਟੋਰਸ ਦੇ ਵਿੱਚੋਂ, ਕੁਛ ਵੀ ਚਾਹੀਦਾ, ਜਾਂ ਤੁਹਾਨੂੰ ਕਰੈਕਟਰ ਵਾਈਜ਼ ਚਾਹੀਦਾ, ਹਿਸਟਰੀ ਵਾਈਜ਼ ਚਾਹੀਦਾ, ਰਿਸਰਚ ਵਾਈਜ਼ ਚਾਹੀਦਾ, ਕੁਛ ਵੀ ਚਾਹੀਦਾ ਦੱਸਿਓ ਮੈਨੂੰ, ਅਸੀਂ ਤੁਹਾਡੇ ਨਾਲ ਹਾਂ। ਸੋ ਮਤਲਬ ਮੈਂ ਚਾਹੁੰਦਾ ਦਿੱਲੀ ਜਾਣਾ ਕਿ ਇੱਦਾਂ ਦੀਆਂ ਫਿਲਮਾਂ ਬਣਨ। ਹਾਂ ਬਿਲਕੁਲ। ਸੋ ਰੂਪੀ, ਜਿਵੇਂ ਬੀਬੀ ਰਜਨੀ ਬਾਰੇ ਆਪਾਂ ਜਦੋਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਰੱਬ ਨਾਲ ਉਹਨਾਂ ਦਾ ਬਹੁਤ ਕਨੈਕਸ਼ਨ ਸੀ, ਵਿਸ਼ਵਾਸ ਸੀ, ਸੋ ਤੁਹਾਨੂੰ ਤੁਸੀਂ ਜਦੋਂ ਇਹ ਕਿਰਦਾਰ ਕੀਤਾ ਉਸ ਤੋਂ ਬਾਅਦ ਤੁਹਾਡਾ ਰੱਬ ਦੇ ਨਾਲ ਕਿੰਨਾ ਜ਼ਿਆਦਾ ਹੋਰ ਕਨੈਕਸ਼ਨ ਜੁੜ ਗਿਆ, ਕਿੰਨਾ ਮਤਲਬ ਵੱਧ ਗਿਆ, ਪਹਿਲਾਂ ਕਿੰਨਾ ਸੀ ਔਰ ਉਸ ਤੋਂ ਬਾਅਦ ਕਿੰਨਾ ਐਡ ਆਨ ਹੋ ਗਿਆ? ਮੇਰਾ ਜੀ ਪਹਿਲਾਂ ਵੀ ਬਹੁਤ ਸੀਗਾ ਅਤੇ ਹੁਣ ਵੀ ਆਈ ਥਿੰਕ, ਮਤਲਬ ਇਹ ਫਿਲਮ ਕਰਕੇ ਵੀ, ਪਰ ਵੈਸੇ ਵੀ ਇਨ ਜਨਰਲ ਜਦੋਂ ਤੁਹਾਡੇ ਨਾਲ ਸਿਚੁਏਸ਼ਨਸ ਹੁੰਦੀਆਂ ਨੇ ਚੰਗੀਆਂ ਮਾੜੀਆਂ, ਤੁਹਾਡਾ ਡੇ ਬਾਏ ਡੇ ਜਾਂ ਮੇ ਵੀ ਮੈਨੂੰ ਤਾਂ ਲੱਗਦਾ ਡੇ ਬਾਏ ਡੇ ਮੇਰੇ ਨਾਲ ਜੋ ਪਰਸਨਲ ਐਕਸਪੀਰੀਅੰਸ ਹੈ, ਸਮਟਾਈਮਸ ਇਹ ਹੁੰਦਾ ਕਿ ਸੱਚੀ ਵਿਸ਼ਵਾਸ ਵੱਧਦਾ ਆ ਤੁਹਾਡਾ, ਤੁਸੀਂ ਇੱਕ ਰਿਲੇਸ਼ਨਸ਼ਿਪ ਗਰੋ ਹੁੰਦਾ ਜਦੋਂ ਤੁਸੀਂ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹੋ, ਜਾਂ ਮੇ ਵੀ ਤੁਸੀਂ ਸ਼ੁਰੂ ਤੋਂ ਹੀ ਕਰਦੇ ਹੋ ਬਚਪਨ ਤੋਂ, ਅਤੇ ਉਹ ਤੁਹਾਡਾ ਰਿਲੇਸ਼ਨਸ਼ਿਪ ਵਿਦ ਏਜ ਵਿਦ ਟਾਈਮ ਵੀ ਗਰੋ ਹੁੰਦਾ ਆ ਜੀ। ਸੋ ਐਫਰਟਸ ਮੈਨੂੰ ਲੱਗਦਾ ਲਗਾਉਣੇ ਪਏ ਹੋਣੇ ਕਿਉਂਕਿ ਇਸ ਕਿਰਦਾਰ ਲਈ, ਕਿਉਂਕਿ ਜਦੋਂ ਕਰੈਕਟਰ ਐਕਟਿੰਗ ਕਰਦੇ ਹੋ ਤਾਂ ਮੈਨੂੰ ਲੱਗਦਾ ਤੁਹਾਡਾ ਪਹਿਲਾ ਰੋਲ ਆ ਜਿਹੜਾ ਕਰੈਕਟਰ ਐਕਟਿੰਗ ਵਾਲਾ, ਕਰੈਕਟਰ ਐਕਟਰਸ ਵਾਲਾ, ਜਿਸਦੇ ਵਿੱਚ ਤੁਸੀਂ ਕਹਿ ਲਓ ਵੀ ਆਟੋਬਾਇਓਗ੍ਰਾਫੀ ਜਾਂ ਇੱਕ ਐਸਾ ਕਿਰਦਾਰ ਜੋ ਕਿ ਇਤਿਹਾਸ ਦੇ ਵਿੱਚ ਸੀਗਾ, ਸੋ ਕਿੰਨਾ ਕੌਨਫੀਡੈਂਸ ਸੀ ਤੁਹਾਨੂੰ, ਤੁਸੀਂ ਕਿਤੇ ਇਹ ਤਾਂ ਨਹੀਂ ਕਿਹਾ ਕਿ ਯਾਰ ਮੈਂ ਕਰ ਪਾਊਂਗੀ ਜਾਂ ਨਹੀਂ ਕਰ ਪਾਊਂਗੀ, ਇਹੋ ਜਿਹਾ ਸੀਗਾ? 100% ਸੀਗਾ ਜੀ, ਇਹ ਮੈਨੂੰ ਹੁਣ ਵੀ ਲੱਗ ਰਿਹਾ ਆ ਕਿ ਵੀ ਜੋ ਕੀਤਾ ਆ ਉਹ ਵਧੀਆ ਲੱਗੇ ਸਾਰਿਆਂ ਨੂੰ, ਆਡੀਅੰਸ ਨੂੰ, ਇੱਕ ਮਤਲਬ ਤੁਸੀਂ ਡਿਸਅਪੋਇੰਟ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ, ਸੋ ਉਹ ਤਾਂ ਡਰ ਹੈਗਾ ਆ, ਅਤੇ ਕੌਨਫੀਡੈਂਸ ਮੈਂ ਓਵਰ ਕੌਨਫੀਡੈਂਸ ਤਾਂ ਬਿਲਕੁਲ ਨਹੀਂ ਹੈਗੀ, ਮੇ ਬੀ ਅੰਡਰ ਕੌਨਫੀਡੈਂਟ ਹੀ ਆ ਲਾਈਫ 'ਚ ਐਕਟਿੰਗ ਨੂੰ ਲੈ ਕੇ, ਇਸ ਕੰਮ ਨੂੰ ਲੈ ਕੇ। ਸੋ ਜੀ, ਸੋ ਸਰ ਆਹ ਕਿਰਦਾਰ ਹੋ ਗਿਆ, ਮਸਤਾਨੇ ਫਿਲਮ ਵੀ ਬਣ ਗਈ ਇਤਿਹਾਸ 'ਤੇ, ਔਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਇੱਕ ਫਿਲਮ ਬਣਨੀ ਚਾਹੀਦੀ ਆ ਪੀਰੀਅਡ ਡਰਾਮਾ, ਜੋ ਕਿ ਅਜੇ ਤੱਕ ਪੰਜਾਬੀ ਫਿਲਮ ਇੰਡਸਟਰੀ 'ਚ ਨਹੀਂ ਬਣਨੀ ਔਰ ਬਣਨੀ ਚਾਹੀਦੀ ਹੈ? ਬਹੁਤ ਕੁਛ ਹੈ ਜੀ ਬਣਨ ਵਾਲਾ, ਹਜੇ ਤਾਂ ਮੈਨੂੰ ਲੱਗਦਾ ਹਜੇ ਹਿਸਟਰੀ ਦਾ ਅਸੀਂ ਇਹ ਵੀ ਨਹੀਂ ਲਿਖਿਆ, ਹਜੇ ਤਾਂ ਮੈਨੂੰ ਲੱਗਦਾ ਪੈਨ ਚੁੱਕਿਆ ਵਾ, ਦੋ ਤਿੰਨ ਫਿਲਮਾਂ ਜਿਹੜੀਆਂ ਹੈਗੀਆਂ ਜੇ ਪੈਨ ਚੁੱਕਿਆ, ਹਜੇ ਲਿਖਿਆ ਤਾਂ ਕੁਛ ਵੀ ਨਹੀਂ ਆ। 365 ਦਿਨ ਹੁੰਦੇ ਸਾਲ ਦੇ, ਅਤੇ ਸਾਡੇ ਕੋਲ 365 ਦਿਨ ਹੀ ਸ਼ਹਾਦਤਾਂ ਨੇ, ਰੋਜ਼ ਕਿਤੇ ਪੜ੍ਹ ਕੇ ਵੇਖ ਲਿਓ ਸਰਚ ਕਰਕੇ, ਅੱਜ ਕੌਣ ਸ਼ਹੀਦ ਹੋਇਆ, ਅੱਜ ਕਿੰਨੀ ਤਰੀਕ, ਅੱਜ ਜਿੱਦਾਂ 4 ਤਰੀਕ ਆ, ਸਰਚ ਕਰਕੇ ਵੇਖ ਲਓ 4 ਤਰੀਕ ਨੂੰ ਸਿੱਖ ਧਰਮ 'ਚ ਕੌਣ ਸ਼ਹੀਦ ਹੋਇਆ, ਤੁਹਾਨੂੰ ਦੱਸ ਜੂ, ਕੱਲ੍ਹ ਪੱਕਾ ਵਾ ਪੜ੍ਹ ਲਓ। 365 ਤਾਂ ਉਹ ਨੇ ਬਾਏ ਨੇਮ ਜਿਹੜੇ ਰੋਜ਼ ਸਾਡੇ ਕੋਲ ਹੋਏ, ਉਸ ਤੋਂ ਇਲਾਵਾ ਬੜਾ ਕੁਛ ਆ, ਕਿਹਦੀ ਕਿਹਦੀ ਗੱਲ ਕਰੀਏ, ਬਹੁਤ ਕੁਛ ਆ, ਬੇਹਿਸਾਬ, ਬਸ ਤੁਰਨ ਦੀ ਗੱਲ ਆ। ਜਿਵੇਂ ਤੁਸੀਂ ਕਿਹਾ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੌਰ ਉਹ ਸੀਗਾ
ਕਿ ਸਾਡਾ ਇੱਥੇ ਮਤਲਬ ਕਿ 1 ਰੁਪਏ ਔਰ UK ਆਈ ਥਿੰਕ ਉਹਦੀ ਵੈਲਿਊ ਕਿੰਨੀ ਸੀ ਜੋ ਹਨਾ ਉਹ ਕਿਤਾਬਾਂ ਦੇ ਤਿੰਨ ਚੀਜ਼ਾਂ ਮੈਂਸ਼ਨ ਨੇ ਉਹ ਤਿੰਨ ਅਲੱਗ ਅਲੱਗ ਨੇ ਕਿਤੇ ਲਿਖਿਆ ਕਿ 33 ਰੁਪਈਏ ਬਣਦੇ ਸੀ ਇੱਧਰ ਦਾ 1 ਰੁਪਈਆ ਕਿਤੇ ਕਹਿੰਦੇ 23 ਰੁਪਈਏ ਬਣਦੇ ਸੀ ਕਿਤੇ ਕਹਿੰਦੇ 13 ਰੁਪਈਏ ਬਣਦੇ ਸੀ ਪਰ ਬਣਦੇ ਸੀ ਬਣਦੇ ਸੀ ਸਾਡਾ ਇੱਕ ਉਹਨਾਂ ਤੋਂ ਉੱਪਰ ਸੀਗਾ ਇਹ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਵੀ ਉਸ ਵੇਲੇ ਪੰਜਾਬ ਦੇ ਰੁਪਈਏ ਦੀ ਵੈਲਿਊ ਇੰਨੀ ਸੀ ਏਸ਼ੀਆ ਪੈਸੀਫਿਕ ਦੀ ਬਿਗੈਸਟ ਐਨੀਮੀ ਸੀ ਸਾਡੇ ਕੋਲ 1,47,000 ਫੌਜ ਸੀ ਸਾਡੀ 1.5 ਲੱਖ ਮੁਰੱਬਾ ਮੀਲ ਅਤੇ ਮਕਰੀਅਤ ਸੀ ਸਾਡੀ ਤਿੱਬਤ ਤੋਂ ਲੈ ਕੇ ਖੈਬਰ ਤੱਕ ਸਾਡਾ ਝੰਡਾ ਚੋਲ ਟ੍ਰੇਡਿੰਗ ਇੰਪੋਰਟ ਐਕਸਪੋਰਟ ਸਾਰਾ ਨਹੀਂ ਨਹੀਂ ਜਿਹੜਾ ਸਾਡਾ ਖਿੱਤਾ ਸੀ ਤਿੱਬਤ ਤੋਂ ਲੈ ਕੇ ਖੈਬਰ ਤੱਕ ਅਫਗਾਨਿਸਤਾਨ ਤੱਕ ਸਾਡਾ ਰਾਜ ਸੀ ਅੱਛਾ ਉਹ ਟੋਟਲ ਰਕਬਾ ਬਣਦਾ 1.5 ਲੱਖ ਮੁਰੱਬਾ ਮੀਲ ਜਗ੍ਹਾ ਉੱਥੇ ਕੇਸਰੀ ਨਿਸ਼ਾਨ ਝੋਲਦਾ ਸੀ ਸੋ ਮੈਂ ਦੱਸ ਰਿਹਾ ਕਿ ਇਹ ਇੱਕ ਡਿਫਰੈਂਟ ਟੋਪਿਕ ਆ ਇਹਦੇ 'ਤੇ ਤਾਂ ਮੈਨੂੰ ਲੱਗਦਾ ਕਿ ਭਾਵੇਂ ਸਾਰਾ ਦਿਨ ਬੋਲੀ ਜਾਈਏ ਤਾਂ ਨਹੀਂ ਮੁੱਕਣਾ ਹੈ ਨਾ ਰਣਜੀਤ ਸਿੰਘ ਤਾਂ ਇੱਕ ਆਪਣੇ ਆਪ ਦੇ ਵਿੱਚ ਹੀ ਮਤਲਬ ਉਹਦਾ ਇੱਕ ਪੋਰਸ਼ਨ ਹੀ ਫੜ ਲਈਏ ਕੋਹੇ ਨੂਰ ਉਹਦੇ 'ਤੇ ਇੱਕ ਫਿਲਮ ਬਣ ਜਾਣੀ ਹੈ ਰਣਜੀਤ ਸਿੰਘ ਉਹ ਕਿੱਦਾਂ ਆਇਆ ਉਹਦੇ ਕੋਲ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗਾ ਕਿਉਂਕਿ ਮੈਂ ਤੁਸੀਂ ਪੜ੍ਹਿਆ ਨਹੀਂ ਕਿਉਂਕਿ ਪੋਸਟਰ ਥੱਲੇ ਇੱਕ ਲਿਖਿਆ ਲਾਈਨ 'ਚ ਮੈਂ ਮਿਸਪ੍ਰਨਾਊਂਸ ਨਾ ਕਰਾਂ ਕਾਗੂ ਹੰਸ ਕਰੇ ਸੋ ਇਸਦਾ ਵਰਨਣ ਜੇ ਤੁਸੀਂ ਕਰ ਦਿਉ ਇਹਦਾ ਕੀ ਅਰਥ ਹੋਏਗਾ ਦੇਖੋ ਇਹ ਗੁਰਬਾਣੀ ਦਾ ਲਫ਼ਜ਼ ਆ ਹਾਂਜੀ ਸ਼ਬਦ ਆ ਇਹ ਹਾਂਜੀ ਕਾਗੂ ਹੰਸ ਕਰੇ ਕਈ ਜਗ੍ਹਾ ਸੁਣਿਆ ਅਸੀਂ ਵੀ ਇਹਦੇ 'ਚ ਇਹ ਵੀ ਉਹ ਪਰਮਾਤਮਾ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮਤਲਬ ਕਾਵਾਂ ਨੂੰ ਹੰਸ ਬਣਾ ਦੇਵੇ ਜਿੰਨੀ ਕੁ ਮੇਰੀ ਬੁੱਧੀ ਕਹਿੰਦੀ ਆ ਇਹਦਾ ਮਤਲਬ ਇਹ ਆ ਬਟ ਇਹ ਰਿਲੇਟ ਕਰਦਾ ਸ਼ਬਦ ਦੁੱਖ ਭੰਜਣੀ ਦੇਵੀ ਜਿਹੜਾ ਕਿ ਆਪਾਂ ਕਿੱਸਾ ਸੁਣਦੇ ਆਉਂਦੇ ਕਿ ਜਦੋਂ ਬੀਬੀ ਰਜਨੀ ਦੇ ਜਿਹੜੇ ਜਿਨ੍ਹਾਂ ਨਾਲ ਵਿਆਹ ਹੋਇਆ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਕਾਂ ਚੂਬੀ ਮਾਰਦੇ ਸੀ ਅਤੇ ਜਦੋਂ ਚੂਬੀ ਮਾਰ ਕੇ ਬਾਹਰ ਨਿਕਲਦੇ ਹੰਸ ਬਣ ਜਾਂਦੇ ਸੀ ਜਿੱਥੋਂ ਉਹਨਾਂ ਨੇ ਇਹ ਕਿੱਸਾ ਆ ਜਿਹੜਾ ਜਿਹਦੇ ਜਿਹੜਾ ਇਸ ਕਹਾਣੀ ਜਿਹਤੇ ਕਹਾਣੀ ਬੇਸਡ ਹੈ ਸੋ ਮੈਨੂੰ ਲੱਗਦਾ ਇਹ ਸ਼ਬਦ ਜਿਹੜਾ ਆ ਉਸ ਤੋਂ ਬਾਅਦ ਗੁਰੂ ਰਾਮਦਾਸ ਸੀ ਜਿਹੜੇ ਵੀ ਪਾਤਸ਼ਾਹ ਨੂੰ ਪਤਾ ਨਹੀਂ ਕਿਹੜੇ ਗੁਰੂ ਸਾਹਿਬ ਜੀ 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 ਹੋਇਆ ਅਤੇ ਇਹਦਾ ਮਤਲਬ ਇਹ ਆ ਸੋ ਜਦੋਂ ਅਸੀਂ ਲੈਂਗੁਏਜ ਦੀ ਗੱਲ ਕਰੀਏ ਕਿਉਂਕਿ ਹੁਣ ਅਸੀਂ ਜਿਹੜੀ ਪੰਜਾਬੀ ਬੋਲਦੇ ਹਾਂ ਜਾਂ ਉਸ ਟਾਈਮ ਜਿਹੜੀ ਲੈਂਗੁਏਜ ਬੋਲੀ ਜਾਂਦੀ ਸੀ ਬਹੁਤ ਸਾਰਾ ਫਰਕ ਆ ਹਨਾ ਪਿਓਰ ਗੁਰਮੁਖੀ ਔਰ ਜ਼ਿਆਦਾਤਰ ਉਹੀ ਲਫ਼ਜ਼ ਹੁੰਦੇ ਸੀ ਸੋ ਕੋਸਚਿਊਮ ਸੀ ਉਹ ਉਹਦੇ 'ਤੇ ਕਿੰਨਾ ਕੰਮ ਹੋਇਆ ਕਿ ਲੈਂਗੁਏਜ ਉਹ ਥੋੜ੍ਹੀ ਜਿਹੀ ਦਿਖਾਈ ਜਾਵੇ ਯੂਜ਼ ਕੀਤੀ ਜਾਵੇ ਵੀ ਉਸ ਤਰ੍ਹਾਂ ਦੀ ਲੈਂਗੁਏਜ ਮਤਲਬ ਉਸ ਟਾਈਮ 'ਤੇ ਬੋਲੀ ਜਾਂਦੀ ਸੀ ਜੋ ਕਿ ਅੱਜ ਨਹੀਂ ਹੈ ਦੇਖੋ ਮੈਂ ਤੁਹਾਨੂੰ ਐਵੇਂ ਕਹਾਂ ਕਿ ਇਹ ਇੱਕ ਰਿਸਰਚ ਟੀਮ ਸੀ ਸਾਡੀ ਫਿਲਮ ਦੀ ਜਿਹੜੀ ਹਰ ਚੀਜ਼ ਨੂੰ ਉਸ ਪੈਰਾਮੀਟਰ ਦੇ ਵਿੱਚ ਰੱਖਦੀ ਸੀ ਇਹ ਰਿਸਰਚ ਟੀਮ ਨੂੰ ਜੋ ਉਸ ਵੇਲੇ ਦੇ ਐਵੀਡੈਂਸ ਮਿਲੇ ਹੋਣਗੇ ਲਿਖਤਾਂ ਮਿਲੀਆਂ ਹੋਣਗੀਆਂ ਉਹਨਾਂ ਨੇ ਉਸ ਹਿਸਾਬ ਦਾ ਹੀ ਸਾਰਾ ਇਹ ਲਿਖਿਆ ਆ ਬਟ ਇਹਦੇ ਬਾਰੇ ਐਗਜੈਕਟ ਮੈਨੂੰ ਨਹੀਂ ਪਤਾ ਤੁਹਾਨੂੰ ਅਮਰ ਇਹਦਾ ਆਨਸਰ ਬੈਟਰ ਦੇ ਸਕਦਾ ਇਸ ਚੀਜ਼ ਦਾ ਜੀ ਬਿਲਕੁਲ ਸੋ ਰੂਪੀ ਕੈਨੇਡਾ ਦੇ ਵਿੱਚ ਤੁਸੀਂ ਰਹੇ ਹੋ ਕਾਫੀ ਜ਼ਿਆਦਾ ਹੈ ਨਾ ਉੱਥੇ ਇਹਦਾ ਕਲਚਰ ਜਾਂ ਉੱਥੇ ਦੀ ਆਪਣੀ ਕਮਿਊਨਿਟੀ ਅਲੱਗ ਆ ਉਹਨਾਂ ਦਾ ਆਪਣੀ ਹਿਸਟਰੀ ਆ ਕਿਉਂਕਿ ਪੰਜਾਬ ਦੀ ਇੱਕ ਆਪਣੀ ਵੀ ਇੰਨੇ ਕਿਲੋਮੀਟਰ ਇੰਨੇ ਮਤਲਬ 7 ਸਮੁੰਦਰ ਪਾਰ ਰਹਿਣਾ ਸੋ ਉਹ ਤੁਹਾਡੇ ਪੇਰੈਂਟਸ ਨੇ ਜਾਂ ਮਤਲਬ ਨਾਲ ਰਿਲੇਟਿਵਸ ਨੇ ਕਿੰਨਾ ਹਿਸਟਰੀ ਬਾਰੇ ਤੁਹਾਨੂੰ ਦੱਸਿਆ ਸੀ ਜਾਂ ਤੁਸੀਂ ਕਿੰਨਾ ਖੁਦ ਪੜ੍ਹਿਆ ਸੀ ਉੱਥੇ ਦੇ ਜਿਹੜੇ ਲੋਕਲ ਬੱਚੇ ਰਹਿੰਦੇ ਉਹਨਾਂ ਨੂੰ ਦੱਸਦੇ ਆ ਉਹਨਾਂ ਦੇ ਪੇਰੈਂਟਸ ਜੋ ਕਿ ਪੰਜਾਬ ਤੋਂ ਜਾਂਦੇ ਕਿ ਸਾਡਾ ਇਤਿਹਾਸ ਇਹੋ ਜਿਹਾ ਸੀ ਜੀ ਦੱਸਦੇ ਆ ਜੀ ਉੱਥੇ ਦੇ ਜਵਾਕ ਮੈਨੂੰ ਲੱਗਦਾ ਬਹੁਤ ਮਤਲਬ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਇੱਥੇ ਦੇ ਮਤਲਬ ਇੱਥੇ ਦੀ ਅਪਬ੍ਰਿੰਗਿੰਗ ਨਾਲੋਂ ਕੋਸ਼ਿਸ਼ ਕਰਦੇ ਆ ਕਿਉਂਕਿ ਉੱਥੇ ਪੇਰੈਂਟਸ ਨਾ ਕੰਮ 'ਤੇ ਜਾਂਦੇ ਆ ਤਾਂ ਫਿਰ ਜਦੋਂ ਬਾਅਦ 'ਚੋਂ ਸਾਨੂੰ ਸਾਂਭਣ ਵਾਲੇ ਤਾਂ ਨਾਨਾ ਨਾਨੀ ਦਾਦਾ ਦਾਦੀ ਜਿਹੜੇ ਉੱਥੇ ਹੈਗੇ ਬਜ਼ੁਰਗ ਹੀ ਨੇ ਹਾਂਜੀ ਸੋ ਫਿਰ ਉਹ ਤਾਂ ਕਹਾਣੀਆਂ ਤਾਂ ਉਹਨਾਂ ਦੀ ਤਾਂ ਉਹੀ ਗੱਲਾਂ ਹੋਣੀਆਂ ਨੇ ਜੀ ਸੋ ਇਸ ਕਰਕੇ ਜੋ ਮੇਰੀਆਂ ਮਤਲਬ ਮੇਰੀ ਫਰੈਂਡਸ ਵੀ ਨੇ
ਤੇ ਮੈਂ ਤਾਂ ਚਲੋ ਇੱਥੇ ਛੋਟੇ ਹੁੰਦੀ ਰਹੀ ਹਾਂ, ਬਟ ਜੋ ਮੇਰੀਆਂ ਫਰੈਂਡਸ ਵੀ ਨੇ ਉੱਥੇ, ਉਹ ਆਪਣੇ ਨਾਨਾ ਨਾਨੀ ਕੋਲ, ਦਾਦਾ ਦਾਦੀ ਕੋਲ, ਜਾਂ ਇੱਕ ਬਜ਼ੁਰਗ ਹੁੰਦਾ ਹੀ ਆ ਘਰੇ ਜਦੋਂ ਤੁਸੀਂ ਮਤਲਬ ਪੇਰੈਂਟਸ ਕੰਮ 'ਤੇ ਜਾਂਦੇ ਆ, ਸੋ ਉਹਨਾਂ ਤੋਂ ਜ਼ਰੂਰ ਉਹ ਸੁਣਦੇ ਰਹੇ ਆ ਜੀ ਕਹਾਣੀਆਂ ਉਹਨਾਂ ਨੇ ਸੁਣੀਆਂ ਨੇ। ਅਸੀਂ ਬਚਪਨ 'ਚ ਮੈਂ ਆਪਣੀ ਮੰਮਾ ਤੋਂ ਸੁਣੀ ਆ, ਮੈਂ ਅਤੇ ਮੇਰੇ ਬ੍ਰਦਰ ਨੇ, ਪਰ ਹਾਂਜੀ ਉੱਥੇ ਅਪਬ੍ਰਿੰਗਿੰਗ ਇੰਨੀ ਡਿਫਰੈਂਟ ਨਹੀਂ ਹੁੰਦੀ ਹੈਗੀ ਕਿਉਂਕਿ ਸਿਚੁਏਸ਼ਨ ਹੀ ਉੱਦਾਂ ਦੀ ਬਣ ਜਾਂਦੀ ਆ। ਤੁਹਾਨੂੰ ਵੀ ਪਤਾ ਹੋ ਸਕਦਾ ਕਿ ਉਹ ਫਿਰ ਕੋਈ ਨਾ ਕੋਈ ਉੱਥੇ ਹੁੰਦਾ ਹੀ ਹੈ ਜੀ ਨਾਲ, ਮਤਲਬ ਕਿ ਇੰਟਰਸਟ ਬੱਚੇ ਵੀ ਸ਼ੋਅ ਕਰਦੇ ਨੇ ਉੱਥੋਂ ਦੇ ਜਾਣਨ ਬਾਰੇ। ਹਾਂਜੀ ਤੁਸੀਂ ਜਵਾਕ ਨੂੰ ਕੁਛ ਵੀ ਸਿਖਾ ਸਕਦੇ ਹੋ ਆਈ ਥਿੰਕ, ਜਦੋਂ ਉਹ ਛੋਟਾ ਹੁੰਦਾ ਆ, ਜੋ ਵੀ ਤੁਸੀਂ ਉਹਨਾਂ ਦੇ ਵਿੱਚ ਮਤਲਬ ਇਨਪੁਟ ਦੇਣੀ ਉਹਨਾਂ ਨੂੰ, ਤੁਸੀਂ ਉਹ ਦੇ ਸਕਦੇ ਹੋ ਜੀ। ਫਿਰ ਹੁਣ ਤਾਂ ਉੱਥੇ ਪੰਜਾਬ ਦੀ ਆਡੀਅੰਸ ਇੰਨੀ, ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਉੱਥੇ ਸਕੂਲਾਂ 'ਚ ਪੰਜਾਬੀ ਪੜ੍ਹਾਈ ਹੋਗੀ ਜਾਂ ਪੰਜਾਬ ਦਾ ਇਤਿਹਾਸ। ਅੱਛਾ ਹੋ ਗਈ। ਹਾਂਜੀ ਕੈਨੇਡਾ ਦੇ ਵਿੱਚ ਤਾਂ ਇੱਕ ਆਪਸ਼ਨ ਹੈ ਕਿ ਤੁਸੀਂ ਇੰਗਲਿਸ਼ ਤੋਂ ਇਲਾਵਾ ਫ੍ਰੈਂਚ ਜਾਂ ਪੰਜਾਬੀ ਸਿੱਖ ਸਕਦੇ ਹੋ। ਹਾਂ ਫ੍ਰੈਂਚ ਸੈਕੰਡ ਲੈਂਗੁਏਜ ਐਂਡ ਪੰਜਾਬ, ਪੰਜਾਬੀ ਵੀ ਐਡ ਆਨ ਹੋ ਗਈ ਹੈ। ਹਾਂਜੀ ਮੈਨੂੰ ਇਹ ਨਹੀਂ ਪਤਾ ਸੈਕੰਡ ਲੈਂਗੁਏਜ ਆ, ਬਟ ਇੰਗਲਿਸ਼ ਮੈਂਡੇਟਰੀ ਹੈ, ਉਸ ਤੋਂ ਬਾਅਦ ਦੋ ਇੱਕ ਲੈਂਗੁਏਜ ਨੂੰ ਚੂਜ਼ ਕਰਨੀ ਪੈਂਦੀ ਹੈ। ਸੋ ਪਹਿਲਾਂ ਫ੍ਰੈਂਚ ਹੁੰਦੀ ਸੀ, ਹੁਣ ਫ੍ਰੈਂਚ ਦੇ ਨਾਲ ਪੰਜਾਬੀ ਵੀ ਐਡ ਆਨ ਹੋ ਗਈ। ਕਿੰਨਾ ਪ੍ਰਾਊਡ, ਮਤਲਬ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਨਾ ਇਹ ਜਾਣ ਕੇ ਕਿ ਇੱਕ ਇਸ ਦੇਸ਼ ਦੇ ਵਿੱਚ ਜਿੱਥੇ ਕਿ ਇੰਗਲਿਸ਼ ਜਾਣੀ ਜਾਂਦੀ ਉੱਥੇ ਅੱਜ ਪੰਜਾਬੀਆਂ ਦਾ ਵੀ ਬੋਲਬਾਲਾ ਹੈ। ਸੋ ਜਦੋਂ ਫਿਲਮ ਦੀ ਗੱਲ ਕੀਤੀ ਜਾਵੇ, ਡਾਇਰੈਕਟਰ ਦੀ ਮੈਂ ਗੱਲ ਕੀਤੀ ਜਾ ਕਰਾਂ ਅਮਰ ਹੁੰਦਲ ਉਹਨਾਂ ਦੀ, ਕਿਉਂਕਿ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਮੀਡੀਆ ਨੂੰ, ਸੋ ਉਹਨਾਂ ਦਾ ਕਿਉਂਕਿ ਕਿਵੇਂ ਦਾ ਵਿਜ਼ਨ ਰਿਹਾ, ਕਿਵੇਂ ਦਾ ਪੂਰਾ ਰਿਹਾ, ਕਿਉਂਕਿ ਇਹ ਇੱਕ ਅਲੱਗ ਕੰਸੈਪਟ ਸੀ ਉਹਨਾਂ ਨੂੰ, ਅਸੀਂ ਵਾਰਨਿੰਗ ਟੂ ਦੇ ਨਾਲ ਜਾਣਦੇ ਹਾਂ, ਹੈ ਨਾ, ਵਾਰਨਿੰਗ ਵਰਗੀਆਂ ਫਰੈਂਚਾਈਜ਼ੀ ਦੇ ਨਾਲ ਜਾਣਦੇ ਹਾਂ, ਕਿਉਂਕਿ ਇਹੋ ਜਿਹੇ ਜਿਹੜੇ ਟੋਪਿਕ ਹੁੰਦੇ ਨਾ ਕਿ ਸਾਡੇ ਇੰਡੀਅਨ ਇੰਡਸਟਰੀ ਦੇ ਵਿੱਚ ਸੰਜੇ ਲੀਲਾ ਮਜ਼ਾਲੀ ਦੀ ਇੱਕ ਪਕੜ ਮੰਨੀ ਜਾਂਦੀ ਹੈ, ਉਹਦੀ ਪਕੜ ਆ। ਸੋ ਅਮਰ ਹੁੰਦਲ ਦਾ ਤੂੰ ਅਮਰ ਹੁੰਦਲ ਨੂੰ ਤੁਸੀਂ ਦੋਵੇਂ ਕਿੰਨਾ ਰੇਟ ਕਰੋਗੇ? ਹਾਂਜੀ ਦੱਸ ਚੋ ਨਹੀਂ ਸ਼ਬਦਾਂ ਦੇ ਨਾਲ ਵੀ ਕਰ ਸਕਦੇ। ਮੈਂ ਕਰੀ ਨਹੀਂ, ਉਹ ਤਾਂ ਮਤਲਬ ਮੈਂ ਉਹਨਾਂ ਨਾਲ ਫਰਸਟ ਟਾਈਮ ਕੰਮ ਕਰ ਰਹੀ ਹਾਂ, ਐਂਡ ਸੱਚੀ ਦੱਸਾਂ ਉਹਨਾਂ ਦੀ ਸਾਰੀ ਟੀਮ ਨਾਲ, ਨਾਟ ਜਸਟ ਅਮਰ ਪਰ ਉਹਨਾਂ ਦੀ ਜੋ ਪੂਰੀ ਟੀਮ ਆ, ਆਈ ਵਾਜ਼ ਬਲੋਨ ਅਵੇ, ਕਿਉਂਕਿ ਉਹ ਸਟਾਰਟ ਤੋਂ ਲਾਈਕ ਉਹਨਾਂ ਨੇ ਮੈਨੂੰ ਨਰੇਸ਼ਨ ਵੀ ਦਿੱਤੀ ਅਤੇ ਅਮਰ ਆਪ ਖੁਦ ਡਬਿੰਗ 'ਚ ਲਾਸਟ ਦਿਨ ਤੱਕ ਬੈਠੇ ਆ, ਅਤੇ ਉਹਨਾਂ ਦੀ ਬਹੁਤ ਇਨਪੁੱਟ ਹੁੰਦੀ ਹੈ, ਬਹੁਤ ਉਹ ਹੈਂਡਸ ਔਨ ਆ। ਸੋ ਮੈਂ ਤਾਂ ਮਤਲਬ ਮੇਰਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ, ਅਤੇ ਜੋ ਰਿਜ਼ਲਟ ਆ ਉਹ ਆਈ ਥਿੰਕ ਟੀਜ਼ਰ ਦੇ ਵਿੱਚ ਦਿਖ ਰਿਹਾ, ਅਤੇ ਉਮੀਦ ਕਰਦੇ ਫਿਲਮ 'ਚ ਵੀ ਆਵੇਗੀ। ਸਰ ਤੁਹਾਡੇ ਕੀ ਸ਼ਬਦ ਹੋਣਗੇ? ਨਹੀਂ ਮੈਂ ਅਮਰ ਨੂੰ ਸਕਰੈਚ ਤੋਂ ਜਾਣਦਾ ਜੀ, ਜਦੋਂ ਕੋਰਸ ਖਤਮ ਕਰਕੇ ਆਇਆ ਹੀ ਸੀਗਾ ਸਾਡੇ ਕੋਲ, ਅਤੇ ਕੁਛ ਬੰਦੇ ਦਿਖ ਜਾਂਦੇ ਨੇ ਪਹਿਲਾਂ ਹੀ ਕਿ ਕੁਛ ਵੱਖਰਾ ਕਰਨਗੇ, ਤੋ ਅਮਰ ਉਹਨਾਂ 'ਚੋਂ ਇੱਕ ਸੀਗਾ। ਮਿਹਨਤ, ਬਾਕੀ ਉਹਦੀ ਮਿਹਨਤ ਆ, ਉਹਦਾ ਸਾਥ ਬਹੁਤ ਬੰਦਿਆਂ ਨੇ ਦਿੱਤਾ ਇੱਥੇ ਇੰਡਸਟਰੀ ਦੇ ਵਿੱਚ, ਪਰ ਗੱਲ ਇਹ ਹੈ ਕਿ ਰਾਹ ਦਿਖਾਉਣ ਵਾਲਾ ਕੋਈ ਹੋਣਾ ਚਾਹੀਦਾ, ਪਰ ਚੱਲਣਾ ਬੰਦੇ ਨੂੰ ਖੁਦ ਪੈਂਦਾ, ਅਤੇ ਉਹਦੀ ਮਿਹਨਤ ਹੈ। ਇੱਕ ਡਿਫਰੈਂਟ ਸਿਨੇਮਾ ਵਾਰਨਿੰਗ ਦੇ ਜ਼ਰੀਏ ਉਹਨੇ ਪੰਜਾਬੀ ਸਿਨੇਮੇ ਨੂੰ ਦਿੱਤਾ ਆ ਅਮਰ ਨੇ, ਅਤੇ ਸਾਰਿਆਂ ਪਸੰਦ ਵੀ ਕੀਤਾ, ਅਤੇ ਇਹ ਵੀ ਸਿਨੇਮਾ ਇੱਕ ਡਿਫਰੈਂਟ ਸਿਨੇਮਾ ਹੋਊਗਾ, ਤੁਸੀਂ ਵੇਖੋਗੇ ਜਦੋਂ ਅਸੀਂ ਤਾਂ ਮਤਲਬ ਇਹਦੇ ਰੈਸ਼ਿਜ਼ ਵੇਖੇ ਨੇ ਫਿਲਮ ਦੇ, ਅਤੇ ਤੁਸੀਂ ਵੇਖੋਗੇ 30 ਤਰੀਕ ਨੂੰ, ਤੁਹਾਨੂੰ ਡੈਫੀਨੇਟਲੀ ਪਸੰਦ ਆਊ। ਤੁਸੀਂ ਮਤਲਬ ਜਿੱਦਾਂ ਆਪਾਂ ਕਹਿੰਦੇ ਨਾ, ਆਪਾਂ ਕੰਪੇਅਰ ਕਰਦੇ ਹਾਂ ਬਾਲੀਵੁੱਡ ਨਾਲ ਜਾਂ ਸਾਊਥ ਨਾਲ, ਮੈਨੂੰ ਲੱਗਦਾ ਇਹ ਉਹਨਾਂ ਤੋਂ ਵੀ ਅਲੱਗ ਜਿਹੀ ਜ਼ੋਨ ਦੀ ਫਿਲਮ ਹੋਊਗੀ। ਵੈਸੇ ਕੰਪੇਅਰ ਕਰਨਾ ਨਹੀਂ ਚਾਹੀਦਾ, ਉਹਨਾਂ ਦੀ ਆਪਣੀ ਇੰਡਸਟਰੀ ਹੈ, ਸਾਡੇ ਆਪਣਾ ਜਾਇਰਾ, ਸਾਡਾ ਆਪਣਾ ਸਾਡੇ ਹੀ ਆ, ਬੰਬਈ ਦੀ ਇੰਡਸਟਰੀ ਵੀ ਅਸੀਂ ਬਣਾਈ ਹੈ। ਬਿਲਕੁਲ ਬਿਲਕੁਲ, ਇਹਨੇ ਬਣਾਈ ਉਹ ਵਿੱਚ ਦੁਖਾਂ ਤੋਂ ਧਰਮ ਜੀ, ਦਾਰਾ ਸਿੰਘ ਜਿੰਨੇ ਵੀ ਉੱਥੇ ਬੈਠੇ ਨੇ ਸਾਰੇ ਪੰਜਾਬੀ ਨੇ, ਦੇਵਾਨੰਦ ਹੋਣੀ ਜਿਹੜੇ ਸਭ ਜਿਹਨਾਂ ਨੇ ਸ਼ੁਰੂ ਕੀਤੇ ਆ, ਦੇਵਾਨੰਦ ਆਪਣੇ ਉਹ ਹੋ ਗਏ ਜੀ, ਆਪਣੇ ਦਲੀਪ ਕੁਮਾਰ ਜੀ ਸਭ ਪੰਜਾਬੀ ਸੀ, ਰਾਜੇਸ਼ ਕੁਮਾਰ ਸਾਰੇ ਜਿੰਨੇ, ਰਾਜੇਸ਼ ਖੰਨਾ ਸਰ ਉੱਥੇ ਸੀਗੇ ਸਾਰੇ, ਖੜੀ ਪੰਜਾਬੀ ਪੰਜਾਬੀਆਂ ਨੇ ਕੀਤੀ ਉਹ ਇੰਡਸਟਰੀ। ਲਾਹੌਰ ਤੇ ਸੀ ਸਾਰਾ, ਲਾਹੌਰ ਤੋਂ ਜਦੋਂ ਵੰਡ ਤੋਂ ਬਾਅਦ ਸ਼ਿਫਟ ਹੋਇਆ ਉੱਥੇ। ਸੋ ਗੱਲ ਇਹ ਵੀ ਕੰਪੈਰੀਜ਼ਨ ਨਹੀਂ ਕਰਨਾ, ਜਦੋਂ ਵੀ ਪੰਜਾਬੀ ਨੇ ਬਸ ਠੀਕ ਹੈ, ਉਹਨਾਂ ਕੋਲ ਸਹੂਲਤਾਂ ਜ਼ਿਆਦਾ ਨੇ, ਉਹਨਾਂ ਕੋਲ ਫੰਡਸ ਜ਼ਿਆਦਾ ਨੇ, ਬਸ ਇੰਨਾ, ਉਹ ਪੈਨ ਇੰਡੀਆ ਬਣਾਉਂਦੇ ਨੇ ਆਪਾਂ, ਮਾਰਕੀਟ ਦਾ ਲੈਵਲ ਥੋੜ੍ਹਾ ਫਰਕ ਆ। ਸੋ
ਤੁਹਾਨੂੰ ਜਦੋਂ ਮੈਂ ਮਿਲਦਾ ਨਾ, ਮੈਂ ਤੁਹਾਨੂੰ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਤੁਸੀਂ ਇਹ ਨਹੀਂ ਵੇਖਦੇ ਯਾਰ ਕਿਰਦਾਰ ਦਾ ਟਾਈਮ ਕਿੰਨਾ, ਦਾਇਰਾ ਕਿੰਨਾ, ਕਿ ਇਹਦਾ ਇੱਕ ਸੀਨ ਆ, ਦੋ ਸੀਨ ਆ। ਮੈਂ ਤੁਹਾਨੂੰ ਕਈ ਫਿਲਮਾਂ ਦੇ ਵਿੱਚ ਇੱਕ ਸੀਨ ਕਰਦੇ ਹੋਏ ਵੀ ਦੇਖਿਆ ਹੋਇਆ, ਇੰਨਾ ਕੰਮ ਕਰਨ ਤੋਂ ਬਾਅਦ। ਮਤਲਬ ਇਸ ਫਿਲਮ 'ਚ ਅੱਛਾ ਰੋਲ ਹੋਏਗਾ, ਬਟ ਇਹ ਕਿਵੇਂ ਜਿਗਰਾ ਆ ਜਾਂਦਾ ਕਿ ਇੱਕ ਬੰਦੇ ਦਾ ਨਾਂ ਵੀ ਆ, ਬੰਦਾ ਕਹਿ ਦਿੰਦਾ ਯਾਰ ਇੱਕ ਅੱਧਾ ਸੀਨ ਆ, ਮੈਂ ਕਿੱਥੇ ਦਿਖੂੰਗਾ, ਹੈ ਨਾ। ਬਟ ਤੁਹਾਡੇ 'ਚ ਉਹ ਚੀਜ਼ ਨਹੀਂ ਹੈਗੀ। ਨਹੀਂ, ਗੱਲ ਉਹ ਨਹੀਂ ਹੈ, ਗੱਲ ਆ ਕਿ ਨਸਰੁਦੀਨ ਸ਼ਾਹ ਜੀ ਦੀ ਇੱਕ ਕਾਨਫਰੰਸ, ਉਹਨਾਂ 'ਚ ਗੱਲ ਕੀ ਕਹਿੰਦੇ, ਇੱਕ ਸ਼ਹਿਰ ਦੇ ਵਿੱਚ ਇੱਕ ਖਲੀਫਾ ਹੁੰਦਾ, ਇੱਕ ਸ਼ਹਿਰ 'ਚ ਇੱਕ ਖਲੀਫਾ ਹੁੰਦਾ, ਇੱਕ ਜੰਗਲ 'ਚ ਇੱਕ ਹੀ ਸ਼ੇਰ ਹੁੰਦਾ। ਇਹ ਨਹੀਂ ਹੈ ਕਿ ਉਸ ਸ਼ਹਿਰ 'ਚ ਹੋਰ ਬੰਦੇ ਨਹੀਂ ਹੈਗੇ ਜਾਂ ਉਸ ਜੰਗਲ 'ਚ ਹੋਰ ਜਾਨਵਰ ਨਹੀਂ ਹੈਗੇ। ਨਾ ਹੋਣ ਨਾਲੋਂ ਹੋਣਾ ਜ਼ਰੂਰੀ ਹੈ। ਅੱਛਾ, ਹੋਣਾ ਜ਼ਰੂਰੀ ਹੈ। ਬੰਦਾ ਉੱਧਰ ਫੋਕਸ ਕਰਦਾ ਕਿ ਹੋਣਾ ਜ਼ਰੂਰੀ ਹੈ, ਇਸ ਕਾਰਵਾਂ ਦਾ ਹਿੱਸਾ ਹੋਣਾ ਜ਼ਰੂਰੀ ਹੈ। ਗੱਲ ਇਹ ਨਹੀਂ ਕਿ ਡਾਇਲੋਗ ਕਿੰਨੇ ਮਿਲੇ ਆ। ਉਹ ਦਿਨ ਨੂੰ ਯਾਦ ਕਰੀਏ ਨਾ, 1996 ਦੇ ਵਿੱਚ ਮੈਂ ਪਹਿਲੀ ਫਿਲਮ ਕੀਤੀ ਸੀ ਟ੍ਰੇਨ ਟੂ ਪਾਕਿਸਤਾਨ। ਅੱਛਾ, ਮੈਂ ਘੱਟੋ ਘੱਟ 100 ਵਾਰ ਵੇਖੀ ਉਹ ਫਿਲਮ, ਯੂਟਿਊਬ 'ਤੇ ਪਈ ਹੈ। ਦਿਵਿਆ ਦੱਤਾ ਅਤੇ ਨਿਰਮਲ ਪਾਂਡੇ ਨੇ ਡੈਬਿਊ ਕੀਤਾ ਸੀ ਉਹ ਫਿਲਮ 'ਚ। ਅੱਛਾ, ਅਤੇ ਮੈਂ ਉਸ ਫਿਲਮ ਦੇ ਵਿੱਚ 9 ਦਿਨ ਸ਼ੂਟਿੰਗ ਕੀਤੀ, ਉਸ 1996 'ਚ ਪੜ੍ਹਦਾ ਹੁੰਦਾ ਸੀ। ਅੱਜ ਤੱਕ ਮੈਨੂੰ ਉਸ ਫਿਲਮ 'ਚ ਆਪਣੀ ਸ਼ਕਲ ਨਹੀਂ ਦਿਖੀ। ਮੇਰਾ ਤਾਂ ਮੈਂ ਇਕੱਲਾ ਇਕੱਲਾ ਸੀਨ ਪੌਜ਼ ਕਰ ਕਰਕੇ ਵੇਖਿਆ ਵੀ ਕਿਤੇ ਜੁੱਤੀ ਦਿਖ ਜੇ, ਕਿਤੇ ਹੱਥ ਹੀ ਦਿਖ ਜੇ, ਮੇਰਾ ਇੱਥੇ ਕਿਤੇ ਸੀਗਾ, ਮੈਨੂੰ ਉਹ ਨਹੀਂ ਦਿਖਿਆ। ਉਸ ਤੋਂ ਬਾਅਦ ਮੈਂ ਫਿਲਮ ਕੀਤੀ ਸ਼ਹੀਦੇ ਮੁਹੱਬਤ ਬੂਟਾ ਸਿੰਘ, ਉਹਦੇ ਵਿੱਚ ਵੀ ਕੀਤਾ, ਉਹਦੇ 'ਚ ਵੀ ਮੇਰੀ ਇੱਕ ਵਾਰ ਸ਼ਕਲ ਨਹੀਂ ਦਿਖੀ। ਅੱਛਾ, ਗੱਲ ਇਹ ਆ ਕਿ ਨਾ ਹੋਣ ਨਾਲੋਂ ਹੋਣਾ ਜ਼ਰੂਰੀ ਹੈ। ਅੱਜ ਉਹ ਚੀਜ਼ ਮੇਰੇ ਕੈਟਲੋਗ 'ਚ ਤਾਂ ਹੈ ਨਾ, ਹੈਗੀ ਹੈ ਨਾ। ਅੱਜ ਮੈਨੂੰ ਮਾਣ ਹੈ ਕਿ ਯਾਰ ਟ੍ਰੇਨ ਟੂ ਪਾਕਿਸਤਾਨ ਦਾ ਮੈਂ ਹਿੱਸਾ ਸੀ, ਸ਼ਹੀਦੇ ਮੁਹੱਬਤ ਬੂਟਾ ਸਿੰਘ ਦਾ ਮੈਂ ਹਿੱਸਾ ਸੀ। ਗੱਲ ਉਹ ਆ, ਮੇਰਾ ਕਿੱਤਾ ਕਲਾਕਾਰੀ ਨਹੀਂ ਆ। ਮੈਂ ਰੋਟੀ ਕਲਾਕਾਰੀ ਦੇ ਸਿਰ ਤੋਂ ਨਹੀਂ ਖਾਂਦਾ, ਮੈਂ ਰੋਟੀ ਖਾਂਦਾ ਮੇਕਰ ਮੇਕਿੰਗ ਤੋਂ। ਮੈਂ ਬਣਾਉਂਦਾ ਫਿਲਮਾਂ, ਮੈਂ ਵੈਸੇ ਵੀ ਤਾਂ ਹਿੱਸਾ ਹੈਗਾ ਹੀ ਆ, 30 ਦਿਨ ਸੈੱਟ 'ਤੇ ਰਹਿਣਾ ਤਾਂ ਹੈਗਾ ਹੀ ਆ। ਹੋ ਸਕਦਾ ਸੀਗਾ ਤੁਹਾਡੇ ਤੋਂ ਇਲਾਵਾ। ਸਰ ਸੱਚੀ ਦੱਸਾਂ, ਇਹ ਮਤਲਬ ਜਿੰਨੀ ਵਾਰ ਤੁਸੀਂ, ਕਿਉਂਕਿ ਮੈਂ ਸੀਨ ਦਾ ਹਿੱਸਾ ਜਦੋਂ ਸਰ ਹੈਗੇ ਆ, ਮੈਨੂੰ ਨਹੀਂ ਲੱਗਦਾ ਹੈਗਾ, ਮੈਨੂੰ ਜਸ ਨੇ ਵੀ ਇਹ ਕਿਹਾ, ਜਸ ਸਰ ਨੇ ਕੱਲ੍ਹ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀਗੇ ਕਿ ਅਸੀਂ ਉਸ ਸੀਨ ਦਾ ਹਿੱਸਾ ਹਾਂ, ਅਤੇ ਜੋ ਸਰ ਨੇ ਕੀਤਾ ਉਹ ਸਾਨੂੰ ਮਤਲਬ ਫੀਲ ਹੋਇਆ ਕਿ, ਅਮਰ ਨੇ ਵੀ ਤੁਹਾਨੂੰ ਫੋਨ ਕਰਕੇ ਕਿਹਾ, ਅਮਰ ਨੇ 3-4 ਵਾਰ ਸਕੈਡਿਊਲ ਚੇਂਜ ਕੀਤਾ ਉਹਨੇ ਵੀ ਇਹ ਸੀਨ ਤੁਹਾਡੇ ਕੋਲ, ਇੱਕ ਹੀ ਸੀਨ ਆ ਮੇਰਾ ਫਿਲਮ 'ਚ। ਅੱਛਾ, ਪਰ ਗੱਲ ਸਿਰਫ ਓਨੀ ਕਿ ਮੈਟਰ ਉਹ ਨੀ ਕਰਦਾ ਕਿ ਇੱਕ ਸੀਨ ਆ ਕਿ ਕਿੰਨਾ ਸੀਨ ਆ, ਮੈਟਰ ਇਹ ਕਰਦਾ ਅੱਗੋਂ ਫੋਨ ਕਰਨ ਵਾਲਾ ਕੌਣ ਆ ਤੁਹਾਨੂੰ, ਤੁਹਾਨੂੰ ਕਾਲ ਕਿਹਦੀ ਆਈ ਆ, ਜਿਸ ਬੰਦੇ ਨੇ ਤੁਹਾਨੂੰ ਕਾਲ ਕੀਤੀ ਉਹਨੇ ਕੀ ਸੋਚ ਕੇ ਕਾਲ ਕੀਤੀ, ਉਹਨੇ ਆਪਣੀ ਮਹਿਫਲ 'ਚ ਬਹਿ ਕੇ ਕੀ ਕਿਹਾ ਹੋਊਗਾ, ਉਹਨਾਂ ਨੂੰ ਉਹ ਆ ਜਾਣਗੇ, ਮੇਰੀ ਜ਼ਿੰਮੇਵਾਰੀ ਆ। ਫਿਰ ਤੁਸੀਂ ਕਹਿੰਦੇ ਮੈਂ ਸੋਰੀ ਯਾਰ ਮੈਂ ਨਹੀਂ ਕਰ ਸਕਦਾ, ਫਿਰ ਬੰਦਾ ਪਤਾ ਕੀ ਕਹਿੰਦਾ ਅੱਗੋਂ, ਭਾਅ ਜੀ ਮੈਂ ਪੱਲਿਓਂ ਪੈਸੇ ਦੇ ਦੂੰਗਾ, ਭਾਅ ਜੀ ਆ ਜਾਓ। ਅੱਛਾ, ਤੁਸੀਂ ਮੇਰੀ ਗੱਲ ਸਮਝੇ, ਮੈਂ ਪੱਲਿਓਂ ਪੈਸੇ ਦੇ ਦੂੰਗਾ, ਜਿਹੜੀ ਉਹ ਚੀਜ਼ ਹੈ ਨਾ, ਫਿਰ ਬੰਦਾ ਸੋਚਦਾ ਵੀ ਤੂੰ ਉਹ ਹੀ ਆ ਜਿਹੜਾ ਜਿਹੜਾ ਸੈੱਟਾਂ ਦੇ ਬਾਹਰ ਖੜਾ ਰਹਿੰਦਾ ਸੀ ਅਤੇ ਤੈਨੂੰ ਕੋਈ ਅੰਦਰ ਨਹੀਂ ਵੜਨ ਦਿੰਦਾ। ਸ਼ਾਮ ਤੱਕ ਇਹੀ ਦੇਖਦਾ ਰਹਿੰਦਾ ਸੀ ਵੀ ਯਾਰ ਇੱਥੋਂ ਗੁਰਦਾਸ ਮਾਨ ਨੇ ਲੰਘਣਾ, ਯਾਰ ਸ਼ਕਲ ਹੀ ਦੇਖ ਦੇ। ਅਤੇ ਅੱਜ ਜੇ ਤੈਨੂੰ ਸ਼ੂਟਿੰਗ 'ਤੇ ਬਹਿਣ ਨੂੰ ਕੁਰਸੀ ਮਿਲ ਰਹੀ ਅਤੇ ਅੱਜ ਤੂੰ ਕਹਿੰਦਾ ਨਹੀਂ ਯਾਰ ਮੈਂ ਤੇ ਆਹ ਨਹੀਂ ਕਰਨਾ, ਉਹ ਕਿਰਦਾਰ ਨੂੰ ਸੋਚ। ਤਾਂ ਹੀ ਕਹਿੰਦੇ ਨਾ ਕਿ ਨਾ ਹੋਣ ਨਾਲੋਂ ਹੋਣਾ ਜ਼ਰੂਰੀ ਆ। ਬਸ ਅੱਜ ਭਾਵੇਂ ਇੱਕ ਸੀਨ ਆ, ਉਹ ਇੱਕ ਸੀਨ ਕਰਕੇ ਇੱਥੇ ਬੈਠਾ ਨਾ, ਜੇ ਨਾ ਹੁੰਦਾ ਫਿਰ
ਜਦੋਂ ਬਾਹਰ ਬੈਠੋ ਬਸ ਗੱਲ ਹੀ ਗੱਲ ਮੰਨਣ ਦੀ ਆ, ਸਮਝਣ ਦੀ, ਸੋਚ ਦੀ ਗੱਲ ਆ ਬਸ। ਬਾਕੀ ਦਾਣਾ ਪਾਣੀ ਕਿੱਥੇ ਲਿਖਿਆ ਉਹ ਹੋਣਾ ਹੀ ਹੋਣਾ। ਮੈਂ ਆਸਟ੍ਰੇਲੀਆ ਸੀ ਪਰਸੋਂ, ਮੇਰਾ ਇੰਨਾ ਜ਼ਰੂਰੀ ਰੁਝੇਵਾਂ ਸੀ, ਸਭ ਕੁਛ ਸੀ, ਮੈਨੂੰ ਅਮਰ ਦਾ ਫੋਨ ਆਇਆ ਭਾਅ ਜੀ ਇੱਦਾਂ ਇੱਦਾਂ ਗੱਲ, ਮੈਨੂੰ ਉਹਦੀ ਉਹਦੀ ਆਵਾਜ਼ ਵਿੱਚ ਮੈਨੂੰ ਟੈਨਸ਼ਨ ਦਿਖੀ। ਮੈਨੂੰ ਲੱਗਿਆ ਇਹਨੇ ਪੱਕਾ ਕਿਹਾ ਹੋਣਾ ਕਿ ਭਾਅ ਜੀ ਆ ਜਾਣਗੇ, ਕੋਈ ਨਹੀਂ ਤੁਸੀਂ ਰੱਖ ਲਓ। ਮੈਨੂੰ ਪਤਾ, ਮੈਂ ਕਿਹਾ ਚੱਲ ਮੈਂ ਆ ਜਾਂਦਾ। ਕਹਿੰਦਾ ਆ ਜਿਓ ਭਾਅ ਜੀ, ਜੇ ਬਾਈ ਚਾਂਸ ਵਾਪਸ ਵੀ ਜਾਣਾ ਹੈ ਤਾਂ ਮੈਂ ਅਰੇਂਜ ਕਰ ਦੂੰਗਾ। ਮੈਂ ਕੋਈ ਨਹੀਂ, ਮੈਂ ਸਮਝ ਗਿਆ ਮੈਂ ਆ ਗਿਆ। ਗੱਲ ਸਿਰਫ ਇੰਨੀ ਕਿਹਾ ਕਿ ਜਿਹੜੇ ਬੰਦੇ ਨੇ ਤੁਹਾਨੂੰ ਅਪਰੋਚ ਕੀਤੀ ਆ, ਉਹਨੇ ਕਿਹੜੀ ਭਾਵਨਾ ਨਾਲ ਕੀਤੀ, ਉਹਦੀ ਭਾਵਨਾ ਨੂੰ ਸਮਝੋ ਬਸ। ਗੱਲ ਮਤਲਬ ਬਚਪਨ 'ਚ ਗੱਲ ਸੁਣਦੇ ਹੁੰਦੇ ਸੀਗੇ, ਤਰੀਕੇ ਦੋ ਹੀ ਆ ਜ਼ਿੰਦਗੀ ਦੇ ਵਿੱਚ, ਇੱਕ ਆਹ ਵਾ ਇੱਕ ਆਹ ਵਾ। ਕਿਆ ਬਾਤ ਹੈ, ਤੁਸੀਂ ਜਦੋਂ ਐਂ ਕਰੋ ਉਦੋਂ ਵੀ ਤੁਹਾਡਾ ਸਿਰ ਝੁੱਕਿਆ ਨਾ ਹੋਵੇ, ਜਦੋਂ ਤੁਸੀਂ ਐਂ ਕਰੋ ਜੀ ਸਿਰ ਉਦੋਂ ਵੀ ਝੁੱਕਿਆ ਨਾ ਹੋਵੇ। ਦਾਨ ਦੇਣ ਵਾਲਾ ਵੱਡਾ ਹੁੰਦਾ, ਦਾਨ ਲੈਣ ਵਾਲਾ ਛੋਟਾ ਹੁੰਦਾ। ਪਰ ਜੋ ਤੁਸੀਂ ਦਾਨ ਲੈਣ ਜਾਣਾ ਨਾ, ਕਿਸੇ ਕੋਲੋਂ ਕੋਈ ਚੀਜ਼ ਮੰਗਣ ਜਾਣੀ ਆ, ਅਤੇ ਹੱਕ ਨਾ ਮੰਗ ਸਕੋ ਵੀ ਲਿਆ ਫੜਾ ਇੱਧਰ, ਇਹ ਨਾ ਕਹੋ ਸਰ ਦਿਓ ਜੀ। ਇਹ ਗਿਵ ਐਂਡ ਟੇਕ ਇੰਡਸਟਰੀ ਛੋਟੀ ਜਿਹੀ ਹੈ ਸਾਡੀ, ਇੰਨਾ ਕੁ ਪਰਿਵਾਰ ਹੈ ਸਾਡਾ। ਇਹ ਰਾਹ ਨੂੰ ਰਾਹ ਆ ਸੈਨਿਕ ਰਾਹ। ਮਤਲਬ ਗੱਲ ਤੁਹਾਡੀ ਬਹੁਤ ਵਧੀਆ ਕਿ ਹੱਕ ਉਹੀ ਚੀਜ਼ ਹੱਕ ਨਾਲ ਲੈਣੀ ਚਾਹੀਦੀ, ਕਿਉਂਕਿ ਹੋ ਸਕਦਾ ਉੱਥੇ ਪੰਜਾਬ ਰੱਬ ਦੀ ਮਨਜ਼ੂਰੀ ਆ ਵੀ ਇਹ ਤੂੰ ਤੇਰਾ ਹੱਕ ਆ ਤੂੰ ਲੈ। ਨਹੀਂ ਉਹ ਗੱਲ ਉਹ ਨਹੀਂ ਹੈ ਕਿੱਥੇ, ਤਾਂ ਮੈਂ ਸਾਰੀ ਜ਼ਿੰਦਗੀ ਰੌਲਾ ਪਾਉਂਦਾ ਰਿਹਾ ਵੀ ਧਾਰਮਿਕ ਬਣਨ, ਧਾਰਮਿਕ ਬਣਨ, ਧਾਰਮਿਕ। ਹੁਣ ਅੱਜ ਮੈਂ ਕਹਾਂ ਯਾਰ ਇੱਕ ਡਾਇਲੋਗ ਮੈਂ ਤਾਂ ਨਹੀਂ ਕਰਦਾ, ਰੱਬ ਕਹਿੰਦਾ ਵੀ ਤੈਨੂੰ ਤੂੰ ਹੀ ਰੌਲਾ ਪਾਉਂਦਾ ਸੀ ਵੀ ਲਾਲ ਤੈਨੂੰ ਦਿੱਤਾ ਇੱਕ ਡਾਇਲੋਗ ਲਾ ਹਿੱਸਾ ਬਣਦਾ। ਮੈਂ ਤਾਂ ਇਹ ਸਮਝ ਨਾ ਹੋਣ ਨਾਲੋਂ ਹੋਣਾ ਜ਼ਰੂਰੀ ਹੈਗੇ ਤੇ ਹੋਣਾ। ਅੱਜ ਤੋਂ ਪਤਾ ਨਹੀਂ ਕਿੰਨੇ ਸਾਲ ਬਾਅਦ ਇਸ ਦੁਨੀਆਂ ਤੋਂ ਮੈਂ ਚੱਲ ਜਾਣਾ, ਸਾਰਿਆਂ ਨੇ ਹੀ ਜਾਣਾ, ਸਭ ਨੇ ਮਿਟਣਾ, ਰਹਿ ਕੇ ਜਾਣਾ ਪਿੱਛੇ। ਇੱਕ ਬੜੀ ਵਧੀਆ ਕਹਾਵਤ ਆ ਕਹਿੰਦੇ ਵੀ ਜਬ ਤੁਮ ਆਏ ਜਗਤ ਮੇਂ ਜਗ ਹੱਸੇ ਤੁਮ ਰੋਏ। ਹਾਂਜੀ, ਵੀ ਜਦੋਂ ਤੂੰ ਦੁਨੀਆਂ 'ਚ ਆਇਆ ਸੀ ਬੰਦਿਆ, ਤੂੰ ਰੋਂਦਾ ਸੀ ਅਤੇ ਦੁਨੀਆਂ ਤੈਨੂੰ ਵੇਖ ਵੇਖ ਹੱਸਦੀ ਸੀ ਵੀ ਇੱਕ ਹੋਰ ਆ ਗਿਆ, ਵੀ ਅਸੀਂ ਤਾਂ ਹੈਗੇ ਹੀ ਇੱਥੇ, ਇੱਕ ਹੋਰ ਤੁਰ ਆਇਆ। ਕਹਿੰਦੇ ਜਬ ਤੁਮ ਆਏ ਜਗਤ ਮੇਂ ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚਲੋ ਤੁਮ ਹੱਸੋ ਜਗ ਰੋਏ। ਵੀ ਤੂੰ ਹੱਸਦਾ ਹੀ ਦਰਗਾਹ ਨੂੰ ਜਾ, ਤੇਰੇ ਮਗਰੋਂ ਤੈਨੂੰ ਯਾਦ ਕਰ ਕਰਕੇ ਰੋਣ, ਇਹ ਨਾ ਕਹਿਣ ਵੀ ਚੰਗਾ ਹੋਇਆ ਚੱਲ ਗਿਆ। ਸਮਝੇ ਗੱਲ, ਉਹ ਕੱਲ੍ਹ ਜਿਹੜੀ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਜਿਹੜੀ ਮਹਿਫਲ ਦੇ ਵਿੱਚ ਬੈਠੋ, ਉਸ ਮਹਿਫਲ ਦੇ ਵਿੱਚੋਂ ਕੁਛ ਲੈ ਕੇ ਉੱਠੋ ਚਾਹੇ ਨਾ ਉੱਠੋ, ਉਸ ਮਹਿਫਲ ਨੂੰ ਕੁਛ ਦੇ ਕੇ ਜ਼ਰੂਰ ਉੱਠੋ, ਚੰਗੀਆਂ ਯਾਦਾਂ। ਬਸ ਇਹ ਸਾਰਾ ਜਿਹੜੀ ਮੈਂ ਗੱਲ ਕੀਤੀ ਤੁਹਾਡੇ ਸਵਾਲ ਦਾ ਹੈ, ਜੇ ਪਤਾ ਨਹੀਂ ਮੈਂ ਠੀਕ ਬੋਲਿਆ ਗਲਤ ਬੋਲਿਆ। ਹਾਂਜੀ ਜੀ, ਪੂਰਾ ਨਿਸ਼ਕਰਸ਼ ਮੇਰੇ ਸਾਹਮਣੇ ਮਤਲਬ ਆ ਗਿਆ। ਰੂਪੀ, ਜਦੋਂ ਤੁਹਾਡੇ ਕੈਟਾਲੋਗ ਦੇ ਵਿੱਚ 3-4 ਫਿਲਮਾਂ ਸੀਗੀਆਂ, ਜੱਟ ਨੂੰ ਚੁਟੇਲ ਤਕਰੀਰ ਗੱਲ ਕਰੂੰਗਾ, ਇੱਕ ਈਵੈਂਟ ਹੋਇਆ ਸੀਗਾ, ਸੋ ਜਦੋਂ ਬਹੁਤ ਘੱਟ ਜਦੋਂ ਕੰਮ ਕਰੋ ਨਾ, ਫੈਨ ਬੇਸ ਇਹਨਾਂ ਬਣਦਾ ਨਹੀਂ ਗਾ, ਸੋ ਉਹ ਫੈਨ ਬੇਸ ਬਣਾਉਣ ਨੂੰ 10-12 ਫਿਲਮਾਂ ਲੱਗ ਜਾਂਦੀਆਂ। ਪਰ ਮੈਂ ਉਸ ਈਵੈਂਟ ਦੇ ਵਿੱਚ ਦੇਖਿਆ ਕਿ ਘੱਟ ਕੰਮ ਕਰਨ ਦੇ ਵਿੱਚ ਵੀ ਰੂਪੀ ਗਿੱਲ ਦਾ ਉਹ ਫੈਨ ਬੇਸ ਬਣ ਗਿਆ। ਉਹ ਕੰਮ ਤੁਹਾਨੂੰ ਕਿਵੇਂ ਦਾ ਫੀਲ ਲੱਗਦਾ, ਕਿਉਂਕਿ ਉਹ ਸਾਰੇ ਪਾਸੇ ਉਦੋਂ ਤੁਹਾਡੀ ਐਂਟਰੀ ਹੋਈ ਸੀ, ਤੁਹਾਡਾ ਨਾਮ ਗੂੰਜ ਰਿਹਾ ਸੀਗਾ, ਹੈ ਨਾ, ਤੁਹਾਨੂੰ ਯਕੀਨ ਹੋ ਰਿਹਾ ਸੀ ਉਦੋਂ? ਯਕੀਨ ਤਾਂ ਹਜੇ ਵੀ ਨਹੀਂ ਹੁੰਦਾ, ਸੱਚੀ ਦੱਸਾਂ ਯਕੀਨ ਤਾਂ ਨਹੀਂ ਹੁੰਦਾ। ਅਤੇ ਉਸ ਟਾਈਮ ਮਤਲਬ ਮੇਰਾ ਜੀ ਜ਼ਰੂਰ, ਮਤਲਬ ਮੈਂ ਉਦੋਂ ਮਾਈਕ 'ਤੇ ਬੋਲ ਨਹੀਂ ਪਾਈ ਕਿਉਂਕਿ ਇੱਕ ਨਰਵਸਨੈਸ ਹੁੰਦੀ ਹੈ, ਅਤੇ ਮੈਨੂੰ ਆਦਤ ਨਹੀਂ, ਮੈਂ ਕਹਿਣਾ ਜ਼ਰੂਰ ਚਾਹ ਰਹੀ ਸੀ ਵੀ ਥੈਂਕ ਯੂ ਸੋ ਮੱਚ, ਪਰ ਨਹੀਂ ਜੀ, ਇੰਨਾ ਪਿਆਰ ਮਿਲਦਾ ਉਹਦੇ ਲਈ, ਮਤਲਬ ਹਜੇ ਤੱਕ ਸੱਚੀ ਦੱਸਾਂ ਯਕੀਨ ਨਹੀਂ ਹੁੰਦਾ ਹੈਗਾ, ਕਦੇ ਮਤਲਬ ਹੋਣਾ ਵੀ ਨਹੀਂ ਚਾਹੀਦਾ, ਬਟ ਸੱਚੀ ਨਹੀਂ ਯਕੀਨ ਹੁੰਦਾ, ਅਤੇ ਬਸ ਉਹਦੇ ਲਈ ਬਸ ਥੈਂਕ ਯੂ ਕਹਿਣਾ ਚਾਹੂੰਗੀ ਦਿਲੋਂ ਕਿ ਇੰਨਾ ਪਿਆਰ ਮਿਲਦਾ। ਸੋ ਐਜ਼ ਐਕਟਰ ਐਂਡ ਐਜ਼ ਐਕਟਰੈਸ, ਕਿਹੜੀ ਇੱਛਾ ਕਿ ਕਿਹੜਾ ਕਿਰਦਾਰ
ਕਰਨਾ ਚਾਹੁੰਦੇ ਹੋ? ਸਰ ਤੁਹਾਡੇ ਤੋਂ ਵੀ ਸਵਾਲ, ਤੁਹਾਡੇ ਤੋਂ ਵੀ ਕਿਹੜਾ ਬੀਬੀ ਰਜਨੀ ਦਾ ਕਿਰਦਾਰ ਤੁਸੀਂ ਕੀਤਾ ਇਹ ਮਿਲਿਆ ਤੁਹਾਨੂੰ? ਬਟ ਇੱਕ ਜਦੋਂ ਅਸੀਂ ਆਪਾਂ ਪੜ੍ਹਦੇ ਹਾਂ ਨਾ, ਜਿੱਦਾਂ ਕਿਤਾਬਾਂ ਪੜ੍ਹਦੇ ਹਾਂ, ਇੰਸਪਾਇਰ ਹੁੰਦੇ ਹਾਂ, ਜਿਵੇਂ ਮੈਨੂੰ ਆ ਕਿ ਮਤਲਬ ਤੁਸੀਂ ਬਹੁਤ ਰਿਐਕਟ, ਮੈਂ ਥੋੜ੍ਹਾ ਥੀਏਟਰ ਕੀਤਾ, ਮੈਨੂੰ ਸ਼ੁਰੂ ਤੋਂ ਸੀ ਜੀ ਕਾਸ਼ ਸ਼ਿਵ ਕੁਮਾਰ ਬਟਾਲਵੀ ਦਾ ਕਿਰਦਾਰ ਕਰਨ ਦਾ ਮੌਕਾ ਜੀ ਮਿਲ ਜੇ, ਹੈ ਨਾ? ਤੁਹਾਡਾ ਕੀ ਆ ਇੱਛਾ ਕਿ ਤੁਸੀਂ ਕਿਹਨਾਂ ਦਾ ਕਿਰਦਾਰ ਕਰਨਾ ਚਾਹੁੰਦੇ ਹੋ? ਮੇਰਾ ਜੀ ਕਰਦਾ ਮੈਂ ਇੱਕ ਵਾਰੀ ਹਰੀ ਸਿੰਘ ਨਲੂਆ ਬਣਾ। ਅੱਛਾ, ਵਾਹ। ਮੇਰਾ ਜੀ ਕਰਦਾ ਕਿ ਜਿੱਦਾਂ ਜੋ ਮੈਂ ਇਮੈਜਿਨ ਕਰਦਾ, ਹਾਂਜੀ, ਕਿ ਜਦੋਂ ਉਹਨੇ ਜਮਰੌਤ ਜਿੱਤਿਆ ਹੋਊਗਾ ਹਰੀ ਸਿੰਘ ਨਲੂਏ ਨੇ, ਉਦੋਂ ਕਿੱਦਾਂ ਖੜਾ ਹੋਊਗਾ, ਘੋੜਾ ਕਿੱਧਰ ਨੂੰ ਹੋਊਗਾ, ਲਗਾਮ ਕਿੱਥੇ ਹੋਊਗੀ, ਤਲਵਾਰ ਕਿਹੜੇ ਹੱਥ 'ਚ ਫੜੀ ਹੋਊਗੀ, ਭੱਜ ਦੇ ਪਠਾਨ ਕਿੱਦਾਂ ਵੇਖਦਾ ਹੋਊਗਾ, ਕਿੱਦਾਂ ਰੋਕਦਾ ਹੋ ਆਪਣੇ ਬੰਦਿਆਂ ਨੂੰ ਵੀ ਪਿੱਠ 'ਤੇ ਵਾਰ ਨਹੀਂ ਕਰਨਾ ਜਾਣ ਤੋਂ ਇਹਨਾਂ ਨੂੰ, ਉਹ ਜਿਹੜੀ ਉਹਦੀ ਸੋਲ ਹੈ ਨਾ, ਮੈਂ ਉਹਨੂੰ ਜੀਣਾ ਚਾਹੁੰਦਾ ਇੱਕ ਵਾਰੀ। ਇੱਕ ਵਾਰ ਮੈਂ ਚਾਹੁੰਦਾ ਕਿ ਮੈਂ ਹਰੀ ਸਿੰਘ ਨਲੂਏ ਦਾ ਕਰੈਕਟਰ ਜ਼ਿੰਦਗੀ 'ਚ ਮੈਂ ਕਰਾਂ। ਹੋਰ ਬੜੇ ਕਰੈਕਟਰ ਨੇ ਮੈਂ ਜਿਹਨਾਂ ਤੋਂ ਇੰਸਪਾਇਰ ਹਾਂ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਹੈ ਨਾ, ਬਹੁਤ ਕਰੈਕਟਰ ਨੇ। ਬਟ ਇੱਕ ਹੁੰਦਾ ਬੰਦੇ ਨੂੰ ਲੱਗਦਾ ਕਿ ਹਾਂ ਵੀ ਇਹ ਮੈਂ ਕਰ ਸਕਦਾ ਹਾਂ, ਜਦੋਂ ਬੰਦਾ ਪੜ੍ਹਦਾ ਨਾ ਕਿ ਹਾਂ ਇਹ ਮੇਰੇ ਨਾਲ ਮੈਚ ਕਰਦਾ ਮੇਰੀ ਮੈਂਟੈਲਿਟੀ ਦੇ ਨਾਲ, ਉਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਇੱਕ ਵਾਰੀ ਉਹ ਕਿਰਦਾਰ ਦਾ ਮੈਨੂੰ ਮੌਕਾ ਮਿਲ ਜੇ। ਮੈਨੂੰ ਪਤਾ ਨਹੀਂ ਮੇਰੇ ਨਾਲ ਮੈਚ ਕਰਦਾ ਕਿ ਨਹੀਂ ਨਾ, ਮੈਂ ਕਿੱਥੇ ਮੈਚ ਕਰਨਾ ਉਹਨਾਂ ਨਾਲ, ਉਹ ਕਿਹੜੀ ਕਿਹੜੀ ਰੂਹ ਸੀ ਉਸ ਪਰਮਾਤਮਾ ਨੇ ਭੇਜੀ ਧਰਤੀ ਦੇ ਉੱਤੇ, ਹੈ ਨਾ, ਜਿਹਨੇ ਅਫਗਾਨਿਸਤਾਨ ਨੂੰ ਵਕਤ ਪਾ ਦਿੱਤਾ। ਹਾਂ, ਗੱਲ ਉਹ ਨਹੀਂ ਹੈ, ਗੱਲ ਇਹ ਤੁਸੀਂ ਕਿਰਦਾਰ ਪੁੱਛਿਆ ਕਿ ਮੇਰੇ ਅੰਦਰੋਂ ਕਿਰਦਾਰ ਮੈਂ ਕਈ ਸਾਲਾਂ ਤੋਂ ਜਿੰਦਾ ਰੱਖਿਆ, ਨਲੂਏ ਦਾ ਕਿਰਦਾਰ ਮੈਂ ਜਿੰਦਾ ਰੱਖਿਆ ਵੀ ਯਾਰ ਮੈਂ ਕਦੀ ਮੈਂ ਕਿਸੇ ਨੂੰ ਕਹੂੰਗਾ ਯਾਰ ਵੀ ਨਲੂਆ ਬਣਾਓ, ਮੈਂ ਬਣਨਾ ਨਲੂਆ, ਮੈਂ ਕਰਦਾ। ਵਾਹ, ਜੇ ਪ੍ਰੈਜੈਂਟ ਦੀ ਗੱਲ ਕਰੋ, ਕਰੈਕਟਰ ਬਹੁਤ ਨੇ, ਮਤਲਬ ਜਦੋਂ ਬਲੂ ਸਟਾਰ 'ਤੇ ਫਿਲਮ ਬਣੀ ਤਾਂ ਮੈਂ ਚਾਹੁੰਦਾ ਕਿ ਮੈਂ ਜਨਰਲ ਸੁਵੇਗ ਸਿੰਘ ਦਾ ਕਰੈਕਟਰ ਹਾਂ, ਹੈ ਨਾ, ਜਨਰਲ ਸੁਵੇਗ ਸਿੰਘ, ਉਹਦੀ ਜ਼ਿੰਦਗੀ ਦੇ ਉੱਪਰ ਮੈਂ ਬਹੁਤ ਵਰਕ ਕੀਤਾ। ਮੈਨੂੰ ਲੱਗਦਾ ਕਿ ਉਹ ਬੰਦਾ ਆਜ਼ਾਦੀ ਦੀ ਲੜਾਈ ਵੀ ਲੜਿਆ, ਬ੍ਰਿਟਿਸ਼ ਆਰਮੀ 'ਚ ਵੀ ਲੜਿਆ, ਉਹ 65 ਦੀ ਜੰਗ ਵੀ ਲੜਿਆ, ਉਹ 71 ਦੀ ਜੰਗ ਵੀ ਲੜਿਆ, ਬੰਗਲਾਦੇਸ਼ ਉਹਨੇ ਆਜ਼ਾਦ ਕਰਾ ਕੇ ਦਿੱਤਾ, ਸਭ ਕੁਛ ਕਰਾ ਕੇ ਦਿੱਤਾ। 100-150 ਰੁਪਈਏ ਦਾ ਇਲਜ਼ਾਮ ਲਾ ਕੇ ਉਹਨੂੰ ਫੌਜ 'ਚੋਂ ਬਾਹਰ ਕੱਢ ਦਿੱਤਾ ਗਿਆ, ਜਦੋਂ ਰਿਟਾਇਰ ਹੋਣਾ ਸੀ 2-4-5 ਦਿਨ ਪਹਿਲਾਂ। ਉਸ ਬੰਦੇ ਨੇ ਆ ਕੇ ਕਿੱਥੇ ਆਇਆ ਅਤੇ ਕਿਹੜੀ ਫੌਜ ਨਾਲ ਮੱਥਾ ਲਾਇਆ, ਉਹ ਫੌਜ ਨਾਲ ਮੱਥਾ ਲਾਇਆ ਜਿਹੜੀ ਫੌਜ ਦੇ, ਜਿਹੜੀ ਫੌਜ ਉਹਦੇ ਅੰਡਰ ਲੜਦੀ ਸੀ, ਉਸ ਫੌਜ ਦੇ ਖਿਲਾਫ ਲੜਿਆ ਬਲੂ ਸਟਾਰ ਆਪਰੇਸ਼ਨ ਦੇ ਵਿੱਚ। ਮਤਲਬ ਕੁਛ ਕਰੈਕਟਰਸ ਨੇ ਜਿਹੜੇ ਜਿਹਨਾਂ ਦੇ ਉੱਤੇ ਕੰਮ ਹੋਣਾ ਚਾਹੀਦਾ, ਉਹਨਾਂ 'ਚੋਂ ਉਹ ਕਰੈਕਟਰਸ ਨੇ ਕੁਛ। ਰਣਜੀਤ ਸਿੰਘ ਮੈਂ ਨਹੀਂ ਬਣਨਾ ਚਾਹੁੰਦਾ, ਮੇਰੇ ਨਾਲ ਲੱਗਦਾ ਜਿਹੋ ਜਿਹੀਆਂ ਫੋਟੋਗ੍ਰਾਫਸ ਨੇ ਮੇਰੇ ਨਾਲ ਮੈਚ ਨਹੀਂ ਕਰਦੀ ਉਹਨਾਂ ਦੀ ਫੋਟੋ, ਬਟ ਮਤਲਬ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਕੋਈ ਜਰਨੈਲ ਮੈਂ ਬਣ ਸਕਦਾ, ਮਹਾਰਾਜਾ ਰਣਜੀਤ ਸਿੰਘ ਨਹੀਂ ਬਣਨਾ ਚਾਹੁੰਦਾ, ਹੈ ਨਾ, ਵਾਰੀਅਰ ਕੁਛ ਉਦਾਂ ਦਾ, ਇਦਾਂ ਦੇ ਮੈਂ ਇਦਾਂ ਦੇ ਕਰੈਕਟਰਸ ਕਰਨਾ, ਜਿਹੜੇ ਐਡਵਾਈਜ਼ਰਸ ਨਾਲ ਹੁੰਦੇ ਨੇ ਜਾਂ ਉਹ ਕਹਿ ਰਹੇ ਹੋ। ਹਾਂ, ਬਸ ਦੇਖੋ ਤੁਸੀਂ ਜ਼ਿੰਦਗੀ 'ਚ ਨਾ ਕਰੈਕਟਰ ਮਤਲਬ ਇੱਕ ਹੀ ਕਰ ਸਕਦੇ ਹੋ। ਹਾਂ, ਤੁਸੀਂ 300 ਵੇਖੀ ਹੋਵੇ ਤੇ ਲੋਕ ਜਿੰਨੀ ਵਾਰ ਵੀ ਉਸ ਕਰੈਕਟਰ ਨੂੰ ਵੇਖਦੇ ਨੇ ਉਹਨੂੰ ਕਿੰਗ ਲਿਓਨਾਈਡਸ ਹੀ ਵੇਖਦੇ ਨੇ। ਹਾਂ, ਲਿਓਨਾਈਡਸ, ਉਹ ਭਾਵੇਂ ਕਿਸੇ ਫਿਲਮ 'ਚ ਉਹ ਏਜੰਟ ਬਣਿਆ ਹੋਇਆ, ਕਿਸੇ 'ਚ ਉਹ ਬੌਸ ਬਣਿਆ, ਕਿਸੇ 'ਚ ਉਹ ਸਿਪਾਹੀ ਬਣਿਆ, ਲੋਕ ਕਹਿੰਦੇ ਉੱਤੇ 300 ਵਾਲਾ ਲਿਓਨਾਈਡਸ ਆ ਗਿਆ, ਉਹ ਤੁਹਾਡੇ ਨਾਂ ਦੇ ਠੱਪਾ ਲੱਗ ਜਾਣਾ। ਜਿੱਦਾਂ ਮੈਂ ਸੱਜਣ ਸਿੰਘ ਨੇ ਰਿਕਰੂਟ ਕੀਤੀ, ਅੱਜ ਵੀ ਦਿਨ 'ਚ 3-4 ਜਣੇ ਮੈਨੂੰ ਕਹਿ ਦਿੰਦੇ ਹੋਰ ਬੰਬ ਚਾਚੇ ਕਿੱਦਾਂ ਕਰੈਕਟਰ ਠੱਪਾ ਲੱਗ ਗਿਆ। ਹਾਂ, ਮੈਕਸੀਮਮ ਬੰਦੇ ਮੈਨੂੰ ਕਹਿੰਦੇ ਭਾਅ ਜੀ ਉਹ ਜ਼ਹਿਰ ਵੇਖ ਕੇ ਪੀਤਾ ਸੁਣਾਇਓ, ਹੈ ਨਾ, ਮੋਸਟਲੀ ਮੁੰਡੇ ਕੁੜੀਆਂ, ਅਸੀਂ ਵੀ ਸੁਣਨਾ ਚਾਹਾਂਗੇ ਮੈਨੂੰ, ਮੁੰਡੇ ਕੁੜੀਆਂ ਬਾਈ ਮਿਲਕ ਵੀ ਜੀ, ਹਰ ਕੈਟਾਗਰੀ ਦਾ ਬੰਦਾ ਤੁਹਾਨੂੰ ਕਿਹੜੇ ਰੂਪ 'ਚ ਵੇਖਦਾ ਉਹ ਤੁਸੀਂ ਨਹੀਂ ਜਾਣਦੇ। ਮੋਸਟਲੀ ਮੈਨੂੰ, ਮੈਂ ਕਿਤੇ ਜੁਬਲੀ ਵਾਕ ਜਾਵਾਂ ਸ਼ਾਮੀ ਹੁੰਦਾ ਹੀ ਉੱਥੇ ਮੈਂ, ਅੱਛਾ, ਅਤੇ ਉੱਥੇ 5-7-10 ਕੁੜੀਆਂ ਮੈਨੂੰ ਕਹਿੰਦੀਆਂ ਭਾਅ ਜੀ
ਸਰ ਇੱਕ ਵਾਰੀ ਉਹ ਸਰ ਜ਼ਹਿਰ ਵੇਖ ਕੇ ਪੀਤਾ ਸੁਣਾ ਦਿਓ, ਕੋਈ ਮੁੰਡੇ ਆਉਣਗੇ ਭਾਅ ਜੀ ਜ਼ਹਿਰ ਵੇਖ ਕੇ ਪੀ, ਸਰ ਇਹਦੇ 'ਚ ਨਾਮ ਹੀ ਲਾ ਦਿਓ। ਮੈਂ ਕਿਹਾ ਮਾਰੂ ਤੇਰੇ 'ਚ, ਮੈਂ ਕੰਜਰਾ ਲਵ ਗੁਰੂ ਹਾਂ, ਤੂੰ ਡੈਲੋਗ ਕਿਆ ਬੋਲਤਾ, ਆਹ ਅੱਗੇ ਕੀ ਵੀ ਨਾਮ ਹੀ ਬੋਲਿਓ ਜੀ ਆਹ, ਹੈ ਨਾ। ਪਰ ਮੈਂ ਇਹ ਜਸਟ ਫਨ ਆ, ਬਟ ਇਹ ਵੀ ਲੋਕ ਤੁਹਾਡੇ ਨਾਲ ਉੱਦਾਂ ਜੁੜ ਜਾਂਦੇ ਆ ਜਿਹੜੇ ਕਰੈਕਟਰ ਨੂੰ ਪਸੰਦ ਕਰਦੇ ਨੇ, ਉਸ ਕਰੈਕਟਰ ਦੇ ਜ਼ਰੀਏ ਤੁਹਾਡੇ ਨਾਲ ਜੁੜ ਜਾਂਦੇ ਨੇ, ਤੁਹਾਨੂੰ ਉਸੇ ਰੂਪ 'ਚ ਵੇਖਣਾ ਚਾਹੁੰਦੇ ਨੇ। ਪਰ ਮੈਂ ਆਪਣੇ ਆਪ ਨੂੰ ਇੱਕ ਵਾਰੀ ਨਲੂਏ ਦੇ ਰੂਪ 'ਚ ਵੇਖਣਾ ਚਾਹੁੰਦਾ। ਬਿਲਕੁਲ ਇਹ ਹੋਏਗਾ ਪੂਰਾ, ਕਿਉਂਕਿ ਜਦੋਂ ਮੈਨੀਫੈਸਟ ਆਪਾਂ ਕਰਦੇ ਹਾਂ, ਮੈਨੀਫੈਸਟੇਸ਼ਨ ਕਰਦੇ ਹਾਂ, ਅਤੇ ਉਹ ਹੋ ਜਾਂਦੀ ਹੈ। ਸੋ ਰੂਪੀ ਤੁਹਾਡਾ, ਕੁਛ ਕਰੈਕਟਰ ਹੁੰਦੇ ਜਿਹੜੇ ਤੁਹਾਡੀ ਰੂਹ ਤੇ ਛਪ ਜਾਂਦੇ ਨੇ, ਇਹ ਉਹ ਕਰੈਕਟਰ ਬੀਬੀ ਰਜਨੀ ਦਾ ਜਿਹੜਾ, ਮਤਲਬ ਇਹਦੀ ਰੂਹ ਤੇ ਛਪਿਆ, ਹੋਰਾਂ ਦੀ ਰੂਹਾਂ ਤੇ ਵੀ ਛਪੀ, ਬਹੁਤ ਵਧੀਆ ਕਰੈਕਟਰ। ਸੋ ਲਾਸਟ ਆਡੀਅੰਸ ਨੂੰ 30 ਅਗਸਤ ਲਈ ਕੀ ਮੈਸੇਜ ਦੇਣਾ ਚਾਹੂੰਗੀ? ਬਸ ਇਹੀ ਕਹਿਣਾ ਚਾਹੂੰਗੀ ਜੀ ਕਿ 30 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ, ਲੈ ਮੈਂ ਪੜ੍ਹ ਲੈਂਦੀ ਕਿ 30 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ, ਬੀਬੀ ਰਜਨੀ ਜੀ, ਆਪਣੇ ਪਰਿਵਾਰ ਨਾਲ ਜਾਇਓ ਦੇਖਣ, ਜਵਾਕਾਂ ਨੂੰ ਜ਼ਰੂਰ ਲੈ ਕੇ ਜਾਇਓ, ਜਿਨ੍ਹਾਂ ਨੂੰ ਇਹ ਕਹਾਣੀ ਹਜੇ ਤੱਕ ਨਹੀਂ ਪਤਾ ਹੈਗੀ, ਇਹ ਐਂਟਰਟੇਨਮੈਂਟ ਦੇ ਰਾਹੀਂ ਉਹ ਦੇਖ ਸਕਦੇ ਆ, ਨਾਲੇ ਐਂਟਰਟੇਨ ਵੀ ਹੋ ਸਕਦੇ ਆ। ਅਤੇ ਸਾਡੀ ਪੂਰੀ ਟੀਮ ਨੇ ਐਫਰਟਸ ਕੀਤੀਆਂ ਨੇ ਕਿ ਇਹ ਫਿਲਮ ਅਸੀਂ ਵਧੀਆ ਬਣਾਈਏ, ਪਰ ਤੁਸੀਂ ਐਂਡ ਰਿਜ਼ਲਟ ਦੱਸਣਾ ਆ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੂਗੀ ਜੀ। ਕੀ ਪੋਚਿੰਗ ਪੰਜਾਬੀ ਮੇਨੀਆ ਜੀ, ਆਪਣੀ ਐਡ ਹੋ ਗਈ, ਐਡ ਹੋ ਗਈ ਸਰ, ਰੂਪੀ ਜੀ ਨੇ ਬੋਲਤਾ ਸਭ ਕੁਛ ਮੇਰੀ ਤੇ। ਅੱਛਾ ਹਾਂਜੀ, 30 ਤਰੀਕ ਨੂੰ ਫਿਲਮ ਆ ਰਹੀ ਹੈ ਜੀ ਬੀਬੀ ਰਜਨੀ, ਸਿਨੇਮਾ ਘਰਾਂ ਜਾ ਕੇ ਜ਼ਰੂਰ ਵੇਖਿਓ ਜੀ, ਬਾਕੀ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਹੋਣ 'ਤੇ ਮਾਣ ਕਰੋ, ਅਤੇ ਵੇਖਦੇ ਰਹੋ ਪੰਜਾਬੀ ਮੀਨੀਆ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸੋ ਲਾਸਟ 30 ਅਗਸਤ ਨੂੰ ਬੀਬੀ ਰਜਨੀ ਆ ਰਹੀ ਹੈ, ਇੱਕ ਬਹੁਤ ਵਧੀਆ ਇੱਕ ਕੰਸੈਪਟ, ਇੱਕ ਐਸੇ ਹੀ ਮਤਲਬ ਇੱਕ ਵੱਖਰਾ ਸਿਨੇਮਾ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੀ ਰੂਪ ਰੇਖਾ ਚੇਂਜ ਕਰ ਸਕਦਾ। ਸੋ ਆਪਣੇ ਪਰਿਵਾਰ ਦੇ ਨਾਲ, ਖਾਸ ਕਰ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ, ਤਾਂ ਕਿ ਉਹਨਾਂ ਨੂੰ ਇਤਿਹਾਸ ਬਾਰੇ, ਪੰਜਾਬ ਬਾਰੇ ਸੋ ਪਤਾ ਲੱਗੇ ਕਿ ਕਿਹੋ ਕਿਹੋ ਜਿਹੇ ਕਿਰਦਾਰ ਜਿਹੜੇ ਇੱਥੇ ਐਗਜ਼ਿਸਟ ਕਰਦੇ ਸੀ। ਬਾਕੀ ਇੰਤਜ਼ਾਰ ਹੈਗਾ 30 ਅਗਸਤ ਦਾ, ਅਤੇ ਤੁਸੀਂ ਵੇਖਦੇ ਰਹੋ ਪੰਜਾਬੀ ਮੀਨੀਆਂ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।